ਦੋਨਾਂ ਦੀ ਲਵ ਸਟੋਰੀ ਬੜੀ ਪਿਆਰੀ ਹੈ ਕੋਲੰਬੀਆ ਦੀ ਰਹਿਣ ਵਾਲੀ ਹੈ ਸਾਊਥ ਅਮਰੀਕਾ ਦੀ ਇਹਨੂੰ ਇੰਗਲਿਸ਼ ਨਹੀਂ ਆਉਂਦੀ ਇਹਨੂੰ ਸਾਡੀ ਹਿੰਦੀ ਪੰਜਾਬੀ ਨਹੀਂ ਆਉਂਦੀ ਤਾਂ ਕੰਤਰਾ ਇਸ ਵੇਲੇ ਇਹਨਾਂ ਦੇ ਲਈ ਕਿੰਨਾ ਚੁਣੌਤੀ ਭਰਿਆ ਹੈ ਤੁਹਾਡੇ ਨਾਲ ਇਸ ਰਿਸ਼ਤੇ ਨੂੰ ਕੰਟੀਨਿਊ ਕਰਨਾ ਕਿੰਨੀਆਂ ਕਿਚਨਾਂ ਉਤੀਆਂ ਇਸ ਵੇਲੇ ਇਹਨਾਂ ਨੂੰ ਦੇਖਦੀਆਂ ਇਹ ਔਖਾ ਉਹ ਕਹਿੰਦੇ ਜਿੱਦਾਂ ਵੀ ਹੈ ਤਾਂ ਬਹੁਤ ਮੁਸ਼ਕਲ ਹੈ ਜੀ ਬਹੁਤ ਹਾਰਡ ਹੈ ਇਹ ਇਸ ਚੀਜ਼ ਚ ਸਰਵਾਈਵ ਕਰਨਾ ਕਿਹੜੇ ਹਾਲਾਤ ਆ ਚਲੋ ਜਿੱਦਾਂ ਜਿਹੜੇ ਜਿੱਦਾਂ ਇੱਥੇ ਜਿਵੇਂ ਮੰਨ ਲਓ ਇੱਥੇ ਚਾਹੇ ਬਾਰਾਂ ਮਾਂ ਮੈਂ ਕਿਤੇ ਵੀ ਉਹ ਤਾਂ ਕਹਿੰਦੇ ਕੋਈ ਨਹੀਂ ਸਰਵਾਈਵ ਅਸੀਂ ਸਰਵਾਈਵ ਅਸੀਂ ਇਕੱਠੇ ਕਰਾਂਗੇ ਕੋਲੰਬੀਆ ਤੋਂ ਪਿਛਲੇ 3 ਸਾਲ ਤੋਂ ਕਹਿੰਦੇ ਨੇ ਕਿ ਇਹ ਲੜਕੀ ਆਪਣੇ ਇਸ ਪਤੀ ਦੀ ਸੇਵਾ ਕਰਨ ਦੇ ਲਈ ਪਤੀ ਨੂੰ ਸੰਭਾਲਣ ਦੇ ਲਈ ਇੱਥੇ ਆਈ ਹੈ ਰੱਬ ਰੂਪੇ ਹੀ ਬਣ ਕੇ ਮੈਨੂੰ ਇਹ ਮੇਰੀ ਜ਼ਿੰਦਗੀ ਚ ਆਏ ਆ ਇੱਕ 3 ਸਾਲਾਂ ਤੋਂ ਮੈਂ ਇੱਕ ਕਮਰੇ ਚ ਬੰਦ ਹੋ ਗਿਆ ਜੀ ਪਰ ਫਿਰ ਵੀ ਜਿਹੜਾ ਇਹਨਾਂ ਦਾ ਜਿਹੜਾ ਸਾਥ ਉਹ ਜਿਵੇਂ ਪਹਿਲਾਂ ਸੀ ਮੇਰਾ ਜਦੋਂ ਮੈਂ ਠੀਕ ਸੀ ਤੇ ਹੁਣ ਉਹਦੇ ਨਾਲੋਂ ਦੁੱਗਣਾ ਸਾਥ ਮੈਨੂੰ ਜਿਹੜਾ ਇਹਨਾਂ ਦਾ ਮਿਲ ਲਿਆ ਜੀ ਜਿਹੜਾ ਗਰਦਨਾਂ ਮੰਨ ਕੇ ਟੁੱਟ ਗਿਆ ਜੀ ਰੀਡ ਦੀ ਹੱਡੀ ਤਾਂ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਿਰ ਪੂਰਾ ਮੇਰਾ ਸੀਟ ਪੈਰਲਾਈਜ਼ ਹੈ ਜੀ ਤੇ ਆਪਣੇ ਆ ਮੈਂ ਮੂਵਮੈਂਟ ਕੁਝ ਨਹੀਂ ਕਰ ਸਕਦਾ 288 ਦੇ ਮੇਰੀ ਗੱਲ ਹੋਈ ਸੀ ਨਾਲ ਜੀ ਤੇ 2019 ਚ 23 ਗਸ ਨੂੰ ਸਾਡੀ ਮੈਰਿਜ ਹੋਈ ਐ ਤੇ ਪੰਜਾਬ ਪੰਜ ਮਹੀਨਾ ਤੋ 21 ਨੂੰ ਮੈਂ ਗਿਆ ਸੀ ਉੱਥੇ ਸੇਵਾ ਕਰਨ ਵਾਸਤੇ ਤੇ ਰਸਤੇ ਚ ਵਾਪਸ ਆਉਂਦੇ ਹੋਏ ਗੱਡੀ ਚ ਰਾਤ ਨੂੰ ਡਰਾਈਵਰ ਦੀ ਅੱਖ ਲੱਗਦੀ ਐ ਜਿਹਦੇ ਕਾਰਨ ਜਿਹੜੀ ਗੱਡੀ ਐ ਉਹ ਖੜੇ ਟੇਪਰ ਚ ਵੱਜ ਕੇ ਬੈਕ ਸਾਈਡ ਤੇ ਉਹਦਣਾ ਜਿਹੜਾ ਮੇਰਾ ਧੌਣ ਦਾ ਮਾਰਨ ਕੇ ਟੁੱਟ ਜਾਂਦਾ ਮੈਂ ਤੁਹਾਨੂੰ ਸਿਆਦ ਵੀ ਮੈਂ ਤੁਹਾਨੂੰ 8 ਘੰਟੇ ਬਾਅਦ ਫੋਨ ਕਰੂੰਗਾ ਜੀ ਇਨਾਂ ਦੀ ਉਹਨਾਂ ਨੂੰ ਫਿਕਰ ਬੈ ਗਈ ਵੀ ਮੇਰਾ ਫੋਨ ਹੀ ਹੈ 8-9 ਘੰਟੇ ਟਾਈਮ ਲੰਘਦਾ ਗਿਆ ਮੇਰਾ ਜਿਹੜਾ ਦੋਸਤ ਹੈ ਉਹ ਹੀ ਨੇ ਮਦਦਾਂ ਸੀ ਮੇਰੇ ਹਾਲਾਤ ਬਾਰੇ ਵੀ ਹਾਂ ਹਰਪਾਲ ਠੀਕ ਹੈ ਉਹਦਾ ਆਪਰੇਸ਼ਨ ਹੋ ਗਿਆ ਓਕੇ ਸਾਡੇ ਪਰਿਵਾਰ ਨੂੰ ਕਿਸ ਨੂੰ ਨਹੀਂ ਪਤਾ ਵੀ ਤੁਸੀਂ ਹੋਰ ਕਿਸੇ ਨੂੰ ਚੂਜ਼ ਕਰ ਲਓ ਵੀ ਮੈਂ ਤਾਂ ਹੁਣ ਮੇਰੀ ਜਿੰਦਗੀ ਖਤਮ ਪਰ ਇਹ ਨਹੀਂ ਨਹੀਂ ਮੈਨੂੰ ਉੱਥੇ ਕਾਫੀ ਮੈਨੂੰ ਗੁੱਸਾ ਕਿਤੇ ਇਸ ਚੀਜ਼ ਦਾ ਵੀ ਮੈਂ ਤੁਸੀਂ ਇਹ ਗੱਲ ਕਿੱਦਾਂ ਕਹੀ ਕੋਈ ਗੱਲ ਨਹੀਂ ਜੀ ਰੱਬਨਾ ਹੀ ਮਾਰ ਪਾਤੀ ਤੇ ਇਸ ਵਾਰ DNA ਹੋ ਗਿਆ ਕਹਿੰਨੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਡਾ ਵਿਆਹ ਹੋਇਆ ਹੈ ਵੀ ਅਸੀਂ ਮੈਂ ਤੇਰੇ ਨਾਲੇ ਖਾਣਾ ਵੀ ਤੁਸੀਂ ਇਹ ਕਦੇ ਗੱਲ ਨਹੀਂ ਕਹਿਣੀ ਮੈਂ ਚ ਕਦੇ ਵੀ ਮੈਨੂੰ ਗੁੱਸਾ ਬਹੁਤ ਲੱਗਿਆ ਪਰਿਵਾਰ ਦੀ ਜਿਹੜੀ ਪਰਵਾਸ ਹੈ ਉਹੀ ਹੈ ਵੀ ਦੁੱਖ ਸੁੱਖ ਚ ਬੰਦਾ ਸਾਥ ਹੋਣਾ ਚਾਹੀਦਾ ਅੱਜ ਕੱਲ ਰਿਸ਼ਤਿਆਂ ਦੀ ਕਰਾਂਗੇ ਕਹਿੰਦੇ ਕਲਯੁਗ ਹੈ ਤੇ ਕਲਯੁਗ ਦੇ ਵਿੱਚ ਜ਼ਿਆਦਾਤਰ ਸ਼ਾਇਦ ਐਸੇ ਹਾਲਾਤ ਪੈਦਾ ਹੋ ਗਏ ਨੇ ਕਿ ਕੋਈ ਆਪਣੇਾਂ ਤੇ ਵੀ ਭਰੋਸਾ ਨਹੀਂ ਕਰਦਾ ਕੋਈ ਆਪਣੇਾਂ ਦਾ ਵੀ ਮਾੜੇ ਸਮੇਂ ਦੇ ਵਿੱਚ ਸਾਥ ਨਹੀਂ ਦਿੰਦਾ ਹਾਲਾਂਕਿ ਅਨੇਕਾਂ ਐਸੇ ਵੀ ਲੋਕ ਨੇ ਜਿਹੜੇ ਚੰਗੇ ਵਕਤ ਬੇਸ਼ੱਕ ਨਾਲ ਨਾਂ ਨਜ਼ਰ ਆਉਣ ਪਰ ਮਾੜੇ ਵਕਤ ਕਿਧਰੇ ਭਜਦੇ ਨਹੀਂ ਆਪਣੇਾਂ ਨਾਲ ਡਟ ਕੇ ਖੜੇ ਹੁੰਦੇ ਆ ਅੱਜ ਗੱਲ ਉਸ ਲਵ ਸਟੋਰੀ ਦੀ ਉਸ ਪ੍ਰੇਮ ਕਹਾਣੀ ਦੀ ਤੇ ਉਸ ਰਿਸ਼ਤੇ ਨੂੰ ਨਿਭਾਉਣ ਲਈ ਦਿੱਤੀ ਜਾ ਰਹੀ ਉਦਾਹਰਣ ਦੀ ਕਿ ਜੇ ਤੁਹਾਡੇ ਸਾਥੀ ਤੇ ਮਾੜਾ ਸਮਾਂ ਆ ਗਿਆ ਤਾਂ ਉਹਦੇ ਨਾਲ ਚਟਾਨ ਵਾਂਗ ਖੜਨਾ ਕਿਵੇਂ ਹੈ ਮੇਰੇ ਪਿੱਛੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਹਰਪਾਲ ਹੈ ਹਰਪਾਲ ਸਿੰਘ ਇਹ ਜਿਸ ਚੇਅਰ ਤੇ ਬੈਠਾ ਇਹੀ ਉਹਦੀ ਜ਼ਿੰਦਗੀ ਹੈ ਕਿਉਂਕਿ ਚੱਲ ਫਿਰ ਨਹੀਂ ਸਕਦਾ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗੀ ਹੋਈ ਹੈ ਪਰ ਨਾਲ ਖੜੀ ਇੱਕ ਲੜਕੀ ਵੱਲ ਵੀ ਨਜ਼ਰ ਮਾਰ ਲਓ ਇਹ ਲੜਕੀ ਇਹਦੀ ਧਰਮ ਪਤਨੀ ਹੈ ਇਹਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੋਸ਼ਲ ਮੀਡੀਆ ਸਾਈਟ ਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਵਿਆਹ ਹੁੰਦਾ ਚੋਰੀ ਛੁਪੇ ਉਹ ਗੱਲ ਆਪਾਂ ਅੱਗੇ ਜਾ ਕੇ ਕਰਦੇ ਆਂ ਪਰ ਇਹ ਲੜਕੀ ਐਨੀ ਕੋਲੰਬੀਆ ਦੀ ਰਹਿਣ ਵਾਲੀ ਹੈ ਸਾਊਥ ਅਮਰੀਕਾ ਦੀ ਇਹਨੂੰ ਇੰਗਲਿਸ਼ ਨਹੀਂ ਆਉਂਦੀ ਇਹਨੂੰ ਸਾਡੀ ਹਿੰਦੀ ਪੰਜਾਬੀ ਨਹੀਂ ਆਉਂਦੀ ਸਪੈਨਿਸ਼ ਭਾਸ਼ਾ ਹੈ ਇਹਨਾਂ ਦੀ ਸਰਪਾਲ ਪੰਜਾਬ ਦਾ ਮੁੰਡਾ ਕੋਲੰਬੀਆ ਤੋਂ ਪਿਛਲੇ 3 ਸਾਲ ਤੋਂ ਕਹਿੰਦੇ ਨੇ ਕਿ ਇਹ ਲੜਕੀ ਆਪਣੇ ਇਸ ਪਤੀ ਦੀ ਸੇਵਾ ਕਰਨ ਦੇ ਲਈ ਪਤੀ ਨੂੰ ਸਾਂਭਣ ਦੇ ਲਈ ਇੱਥੇ ਆਈ ਹੈ ਜਦਕਿ ਇਹਨਾਂ ਦਾ ਮਹਿਜ਼ 1 ਮਹੀਨੇ ਦਾ ਰਿਸ਼ਤਾ ਸੀ ਉਹ ਵੀ ਚੋਰੀ ਛੁੱਪੇ ਦਾ ਕੀ ਤੁਸੀਂ ਐਸਾ ਮੰਨ ਸਕਦੇ ਹੋ ਕਿ ਵਿਦੇਸ਼ ਦੀ ਕੁੜੀ ਪੰਜਾਬ ਆਉਂਦੀ ਹੈ ਇਸ ਲੜਕੇ ਨਾਲ ਵਿਆਹ ਕਰਾਉਂਦੀ ਹੈ ਪਰਿਵਾਰ ਤੋਂ ਚੋਰੀ ਇਹਨਾਂ ਦਾ ਵਿਆਹ ਹੁੰਦਾ ਘਰੇ ਪਤਾ ਨਹੀਂ ਹੁੰਦਾ ਪਰ ਇਸ ਦੌਰਾਨ ਇਨੂੰ ਇੰਨੀ ਕਿ ਰੀੜ ਦੀ ਹੱਡੀ ਦੀ ਸੱਟ ਲੱਗਦੀ ਆ ਕਿ ਬੈਡ ਰਿਟਨ ਹੋ ਜਾਂਦਾ ਯਾਨੀ ਮੰਜੇ ਤੇ ਪੈ ਜਾਂਦਾ باوجود ਇਸ ਦੇ ਪਤਾ ਹੈ ਕਿ ਅੱਜ ਇਹਦੇ ਹਾਲਾਤ ਕੀ ਨੇ ਇਹ ਕੁੜੀ ਇੱਥੇ ਆਉਂਦੀ ਆ ਕਿ ਮੇਰਾ ਇਹਦੇ ਨਾਲ ਵਿਆਹ ਹੋਇਆ ਮੈਂ ਇਹਨੂੰ ਪਿਆਰ ਕੀਤਾ ਕੁਝ ਵੀ ਹੋ ਜੇ ਸਾਥ ਨਹੀਂ ਛੱਡਣਾ ਬੇहद ਇੱਕ ਇਮੋਸ਼ਨਲ ਕਹਾਣੀ ਹੈ ਹਰਪਾਲ ਤੋਂ ਸ਼ੁਰੂਆਤ ਕਰਦੇ ਹਾਂ ਹਰਪਾਲ ਪਹਿਲਾਂ ਮੋਟਾ-ਮੋਟਾ ਮੈਂ ਦੱਸਿਆ ਮੈਨੂੰ ਲੱਗਦਾ ਹੈ ਕਿ ਤੁਹਾਡੀਆਂ ਦੁਆਵਾਂ ਹੁੰਦੀਆਂ ਅਗਰ ਜਿੰਨਾ ਕਿ ਮੈਂ ਆਪਾਂ ਪਹਿਲਾਂ ਗੱਲ ਕੀਤੀ ਆ ਤੁਸੀਂ ਕਰਮਾਂ ਵਾਲਿਓ ਕਿ ਐਨੀ ਤੁਹਾਡੀ ਲਾਈਫ ਦੇ ਵਿੱਚ ਆਈ ਔਰ ਐਨੀ ਨੂੰ ਜਿੱਦਾਂ ਕਹਿੰਦੇ ਨਾ ਕਿ ਸਿਰ ਝੁਕਾਉਣ ਨੂੰ ਐਨੀ ਅੱਗੇ ਸਜਦਾ ਕਰਨ ਨੂੰ ਜੀ ਕਰਦਾ ਕਿ ਐਸੀਆਂ ਵੀ ਕੁੜੀਆਂ ਪਈਆਂ ਜਿਹੜੀਆਂ ਮਾੜੇ ਵਕਤ 'ਚ ਆਪਦੇ ਘਰਾਂ ਇਹਨਾਂ ਡਟ ਕੇ ਖੜਦੀਆਂ ਸ਼ੁਰੂਆਤ ਕਰੂੰਗਾ ਐਨੀ ਬਾਰੇ ਪਹਿਲਾਂ ਕੀ ਕਹੋਗੇ ਤੁਸੀਂ ਇਹਨਾਂ ਦਾ ਜੀ ਚਲੋ ਇਹਨਾਂ ਜਿਹੜੇ ਇਹਨਾਂ ਦੀ ਪ੍ਰਵਾਸਾ ਮੈਂ ਵੈਸੇ ਸ਼ਬਦਾਂ ਨਹੀਂ ਕਰ ਸਕਦਾ ਇੱਕ ਇਹੋ ਜਿਹੇ ਹਾਲਾਤਾਂ ਚ ਰੱਬ ਰੂਪੇ ਹੀ ਬਣ ਕੇ ਮੈਨੂੰ ਇਹ ਮੇਰੀ ਜ਼ਿੰਦਗੀ ਚ ਆਏ ਆ ਪਹਿਲਾਂ ਵੀ ਜਦੋਂ ਸਾਡੀ ਮੇਰੀ ਫੋਨ ਤੋਂ ਇਹਨਾਂ ਨਾਲ ਗੱਲ ਹੁੰਦੀ ਸੀ ਇਹਨਾਂ ਨੂੰ ਮੈਂ ਫੇਸਬੁਕ ਜਰੀਏ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਜੀ ਤੇ ਮੈਂ ਵੀ ਕਰਦਾ ਸੋਚਾਂ ਨਹੀਂ ਸੀ ਕਿ ਇਹੋ ਜਿਹੇ ਹਾਲਾਤਾਂ ਚ ਸ਼ਾਇਦ ਜਿਹੜੇ ਮਾਹਜ ਹਾਲਾਤ ਹੰਡਾਰੇ ਆ ਵੀ ਇਸੇ ਤਰੀਕੇ ਨਾਲ ਸਾਡਾ ਜਿਹੜਾ ਰਿਸ਼ਤਾ ਮਨ ਲਓ ਬਣੂਗਾ ਇਹ ਸੁਪਨੇ ਜਿਹੜੇ ਅਸੀਂ ਹੋਰ ਸੁਜਾਏ ਸਨ ਮੈਂ ਸਾਡੀ ਜਿਹੜੀ ਮੈਡਜ ਇੱਥੇ ਪੰਜਾਬ ਵੀ ਪੰਜਾਬ ਤੋਂ ਮੈਡਜ ਕਰਕੇ ਮੈਂ ਇਹਨਾਂ ਨਾਲ ਬਾਹਰ ਜਾ ਕੇ ਆਪਣੀ ਚੰਗੀ ਲਾਈਫ ਜੀਊਂਗਾ ਦੋਨੋਂ ਸਾਡੇ ਦੋਨੋਂ ਸਾਡੇ ਇਕੱਠੇ ਸੁਪਨੇ ਸਨ ਪਰ ਸੋ ਅੱਜ ਇਹੋ ਹਾਲਾਤ ਬਣ ਗਏ ਇੱਕ 3 ਸਾਲਾਂ ਤੋਂ ਮੈਂ ਇੱਕ ਕਮਰੇ 'ਚ ਬੰਦ ਹੋ ਗਿਆ ਜੀ ਪਰ ਫਿਰ ਵੀ ਜਿਹੜਾ ਇਹਨਾਂ ਦਾ ਜਿਹੜਾ ਸਾਥ ਉਹ ਜਿਵੇਂ ਪਹਿਲਾਂ ਸੀ ਮੇਰਾ ਜਦੋਂ ਮੈਂ ਠੀਕ ਸੀ ਤੇ ਹੁਣ ਉਹਦੇ ਨਾਲੋਂ ਦੁੱਗਣਾ ਸਾਥ ਮੈਨੂੰ ਜਿਹੜਾ ਇਹਨਾਂ ਨਾਲ ਮਿਲ ਲਿਆ ਜੀ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਤਾਂ ਜਿਹੜੇ ਦੋਸਤ ਮਿਲਦੇ ਆ ਉਹਨਾਂ ਦਾ ਤਾਂ ਓਨੀ ਦੇਰ ਹੀ ਪਤਾ ਜਿੰਨੀ ਦੇਰ ਤੁਹਾਡੇ ਮੈਸੇਜ ਆ ਜਾ ਰਹੇ ਆ ਮੈਸੇਜ ਬੰਦ ਨਹੀਂ ਹੋਇਆ ਤਾਂ ਸਮਝ ਲਓ ਰਿਸ਼ਤਾ ਖਤਮ ਪਰ ਇਹ ਕਦੇ ਸੋਚਿਆ ਸੀ ਤੁਸੀਂ ਕਿ ਸੋਸ਼ਲ ਮੀਡੀਆ ਤੇ ਐਸੀ ਕੁੜੀ ਜਿਹੜੀ ਦੂਜੇ ਦੇਸ਼ ਦੀ ਹੈ ਜਿਹਨੂੰ ਤੁਹਾਡੀ ਭਾਸ਼ਾ ਤੱਕ ਸਮਝ ਨਹੀਂ ਆਉਂਦੀ ਉਹ ਤੁਹਾਡੇ ਨਾਲ ਐਸੇ ਹਾਲਾਤ ਦੇ ਵਿੱਚ ਖੜੇਗੀ ਬਿਲਕੁਲ ਜੀ ਮੈਨੂੰ ਵੀ ਚਲੋ ਜਦੋਂ ਅਸੀਂ ਕੇਸ ਸੁਣਦੇ ਆ ਪੰਜਾਬ ਚ ਵੀ ਬਾਹਰ ਵੀ ਵੀ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਪਿਆਰ ਆ ਜਾਂ ਸੋਸ਼ਲ ਮੀਡੀਆ ਦਾ ਜਿਹੜੇ ਮਤਲਬ ਅਸੀਂ ਕਿਸੇ ਨੂੰ ਦੋਸਤ ਬਣਾਉਂਦੇ ਆਣ ਔਰ ਇਸੇ ਜ਼ਿਆਦਾ ਟਾਈਮ ਚੱਲਦੇ ਨਹੀਂ ਆ ਪਰ ਇਹਨਾਂ ਨੂੰ ਮੈਂ ਚਲੋ ਮਿਲ ਕੇ ਜੋ ਜਿਹੜਾ ਮੈਂ ਟਾਈਮ ਇਹਨਾਂ ਨਾਲ ਹੰਡਾਇਆ ਜਾਂ ਗੱਲ ਹੋਈ ਚੰਗੇ ਦੋਸਤ ਬਣੇ ਇੱਕ ਦੂਜੇ ਦਾ ਵਿਸ਼ਵਾਸ ਅਸੀਂ ਜਿਤਾਇਆ ਇੱਕ ਦੂਜੇ ਨਾਲ ਵਿਸ਼ਵਾਸ ਮਨ ਲਓ ਵਿਸ਼ਵਾਸ ਉਹਨਾਂ ਕਾਰਨ ਸਾਡਾ ਜਿਹੜਾ ਰਿਸ਼ਤਾ ਹੁਣ ਤੱਕ ਅੱਜ ਤੱਕ ਨੇਵੀਆ ਸੋ ਇੱਕ ਨਵੀਂ ਮਸਾਦਾ ਜਗ ਵਾਸਤੇ ਜੀ ਤੇ ਅੱਛਾ ਹੁਣ ਮੈਂ ਪਹਿਲਾਂ ਨਾ ਕੀ ਵਾਪਰਿਆ ਸਾਰੀਆਂ ਚੀਜ਼ਾਂ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਮੈਂ ਪਹਿਲਾਂ ਸਮਝਣਾ ਚਾਹੁੰਗਾ ਤੁਹਾਡੀ ਹਾਲਤ ਕੀ ਹੈ ਤੁਸੀਂ ਕਿੰਨਾ ਕੁ ਐਕਟੀਵਿਟੀ ਕਰ ਸਕਦੇ ਹੋ ਕਿੰਨਾ ਕੁ ਆਪਦੇ ਆਪ ਨੂੰ ਸੰਭ ਸਕਦੇ ਹੋ ਤੇ ਕਿੰਨਾ ਕੁ ਦੂਜੇ ਤੇ ਨਿਰਭਰ ਹੋ ਤੁਹਾਡੀ ਇਸ ਟਾਈਮ ਫਿਜ਼ੀਕਲ ਹਾਲਤ ਕੀ ਹੈ ਮੇਰਾ ਜੀ ਸਾਟ ਲੱਗੀ ਵੀ ਰੀੜ ਦੀ ਹੱਡੀ ਦੀ ਨਾ ਜੀ ਆ ਮੇਰਾ ਗਰਦਨ ਦਾ ਆਪਰੇਸ਼ਨ ਹੋਇਆ ਵਾ ਜੀ ਤੇ ਦਿੱਲੀ ਕਿਸਾਨੀ ਤੁਨ ਜਿਹੜਾ ਮੇਰਾ ਬਾਬਾ ਸੌਂਦੇ ਐਕਸੀਡੈਂਟ ਹੋਇਆ ਸੀ 5 ਮਾਰਚ 2021 ਨੂੰ ਤੇ ਜਿਹਦੇ ਕਰਕੇ ਮੇਰਾ ਇਹੜਾ ਗਰਦਨ ਦਾ ਮਨਕਰ ਟੁੱਟ ਗਿਆ ਜੀ ਰੀੜ ਦੀ ਹੱਡੀ ਦਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਟਿ ਪੂਰਾ ਮੇਰਾ ਸੀਰੀ ਪੈਰਲਾਈਜ਼ ਹੈ ਜੀ ਤੇ ਆਪਣੇ ਮੈਂ ਮੂਵਮੈਂਟ ਕੁਝ ਨਹੀਂ ਕਰ ਸਕਦਾ ਟੋਟਲੀ ਜਿਹੜਾ ਮੈਂ ਇੰਡੀਪੈਂਡੈਂਟ ਹੈ ਆਪਣੀ ਵਾਈਫ ਤੇ ਜਾਂ ਆਪਣੇ ਪਰਿਵਾਰ ਤੇ ਤੇ ਉਹ ਵੀ ਮੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਜਿੰਨੀ ਮੇਰੀ ਐਕਟੀਵਿਟੀ ਤੇ ਬੋਰਸ਼ ਕਰਵਾਣਾ ਨਾਣਾ ਤੋਣਾ ਲੈਟਰਿੰਗ ਬਾਥਰੂ ਜਿੰਨਾ ਵੀ ਮੇਰਾ ਕੰਮ ਟੁੱਟਲੀ ਉਹ ਮੇਰੀ ਵਾਈਫੇ ਕਰਦੀ ਹੈ ਜੀ ਜਾਂ ਮੇਰਾ ਜਿਹੜਾ ਮੇਰੇ ਪਹਿਲਾ ਮੇਰਾ ਮੰਮੀ ਦਾ ਡੈਡੀ ਹੈ ਜੀ ਤਾਂ ਵੱਡਾ ਭਰਾ ਫੌਜੀ ਹੈ ਜੀ ਉਹ ਤੇ ਮੇਰੀ ਭਾਬੀ ਜੀ ਹੈ ਉਹੀ ਮੇਰਾ ਯਾਨੀ ਪਰਿਵਾਰੇ ਮੈਨੂੰ ਸੰਭਰੇ ਆ ਜੀ ਪਹਿਲੇ ਦਿਨਾਂ ਸਾਰਾਂ ਤੋਂ ਤੇ ਜ਼ਿਆਦਾ ਜਿਹੜੀ ਮੈਨੂੰ ਜ਼ਿਆਦਾ ਜਿਹੜੀ ਕੇਅਰ ਕਰਦੀ ਉਹ ਮੇਰੀ ਵਾਈਫੇ ਹੈ ਜੀ ਤੁਹਾਡੀ ਬੋਡੀ ਦਾ ਲੱਕ ਤੋਂ ਥੱਲੇ ਵਾਲਾ ਹਿੱਸਾ ਕੰਮ ਨਹੀਂ ਕਰਦਾ ਨਹੀਂ ਛਾਤੀ ਤੋਂ ਥੱਲੇ ਵੀ ਮੇਰਾ ਹਿੱਸਾ ਕੰਮ ਨਹੀਂ ਕਰਦਾ ਇੰਨੀ ਆ ਜਿਹੜੀ ਉਮਰ ਤੁਸੀਂ ਦੇਖ ਰਹੇ ਹੋ ਇੰਨੀ ਮੂਵਮੈਂਟ ਮੈਂ ਕਰ ਸਕਦਾ ਬਾਹਮਣ ਨਾਲ ਹੱਥ ਵੀ ਮੇ ਇੱਕ ਪਾਣੀ ਦਾ ਗਲਾਸ ਵੀ ਚੱਕ ਕੇ ਮੈਂ ਪੀ ਨਹੀਂ ਸਕਦਾ ਜੀ ਉਹਦੇ ਵਾਸਤੇ ਵੀ ਮੈਨੂੰ ਆਪਣੀ ਵਾਈਫ ਨੂੰ ਜਾਂ ਕੋਈ ਵੀ ਇਹ ਵੇੜਾ ਲਾਗੇ ਹੁੰਦਾ ਮੇਰਾ ਉਹਨੂੰ ਮੈਨੂੰ ਮਤਲਬ ਹੱਕ ਮਾਰ ਕੇ ਸਾਰਾ ਲੈਣਾ ਪੈਂਦਾ ਜੀ ਕਿਸਾਨੀ ਧਰਨੇ ਦੇ ਵਿੱਚ ਤੁਸੀਂ ਗਏ ਸੀ ਤੇ ਉਦੋਂ ਹੀ ਤੁਹਾਡੇ ਨਾਲ ਹਾਸਾ ਵਾਪਰਿਆ ਹਾਂ ਜੀ ਕਿਸਾਨੀ ਤੁਹਾਨੂੰ ਇਹ ਪਾਜੀ 5 ਮਾਰਤੋਂ 21 ਨੂੰ ਮੈਂ ਗਿਆ ਸੀ ਉੱਥੇ ਸੇਵਾ ਕਰਨ ਵਾਸਤੇ ਤੇ ਰਸਤੇ 'ਚ ਵਾਪਸ ਆਉਂਦੇ ਹੋਏ ਗੱਡੀ 'ਚ ਰਾਤ ਨੂੰ ਡਰਾਈਵਰ ਦੀ ਅੱਖ ਲੱਗਦੀ ਹੈ ਜਿਹਦੇ ਕਾਰਨ ਜਿਹੜੀ ਗੱਡੀ ਹੈ ਉਹ ਖੜੇ ਟੇਪਰ 'ਚ ਵੱਜ ਕੇ ਬੈਕ ਸਾਈਡ ਤੇ ਉਹਦੇ ਨਾਲ ਜਿਹੜਾ ਮੇਰਾ ਧੌਣ ਦਾ ਮਾਰਨ ਟੁੱਟ ਜਾਂਦਾ ਜੀ ਉਦੋਂ ਲੈ ਕੇ ਹੁਣ ਤੱਕ ਜਿਹੜਾ ਮੇਰਾ ਅ ਸਰੀਰ ਜਿਹੜਾ ਪੂਰਾ ਬੈੱਡ ਬੈੱਡ ਤੇ ਹੀ ਆਵਾ ਤੇ ਹੌਲੀ ਹੌਲੀ ਜਿਹੜੀ ਅੱਗੇ ਨਾਲ ਰਿਕਵਰੀ ਮੇਰੀ ਹੋ ਰਹੀ ਹੈ ਜੀ ਪਹਿਲਾਂ ਤਾਂ ਹਾਲਾਤ ਬੜੇ ਮਾੜੇ ਸਨ ਜਦੋਂ ਜਦੋਂ ਮੇਰਾ ਐਕਸੀਡੈਂਟ ਹੋਇਆ ਜੀ ਅ 4 ਮਹੀਨੇ ਹੁਣ ਤੱਕ ਆਪਰੇਸ਼ਨ ਹੋ ਗਏ ਆ ਜੀ 2 ਲੱਤਾਂ ਦੇ ਆਪਰੇਸ਼ਨ ਹੋ ਗਏ ਜੀ ਇੱਕ ਗਰਦਨ ਦਾ ਤੇ ਇੱਕ ਮੇਰਾ हिਪ ਦਾ ਆਪਰੇਸ਼ਨ ਹੋਇਆ ਜੀ ਤੇ ਉਹਦੇ ਨਾਲ ਜਿਹੜੇ ਅੱਗੇ ਨਾਲੋਂ ਹਾਲਾਤ ਬੜੇ ਕਾਫੀ ਸੁਧਰੇ ਗਏ ਹਨ ਮੇਰੇ ਪਰ ਜਿਹੜੀ ਇਹ ਅਦਾਜ ਜਿਹੜਾ ਬੜਾ ਲੰਬਾ ਏ ਇਹ ਪੂਰੀ ਰਿਕਵਰੀ ਨੂੰ ਪਰ ਚਲੋ ਇਹਨਾਂ ਦੀ ਮੇਰੀ ਵਾਖ ਦੀ ਮਿਹਨਤ ਨਾਲ ਜਿਹੜਾ ਪਰਿਵਾਰ ਦਾ ਸਾਥ ਹੈ ਮੇਰਾ ਉਹ ਹੌਲੀ ਹੌਲੀ ਅੱਗੇ ਅੱਗੇ ਵੱਧ ਰਹੀਆਂ ਜੀ ਮੈਂ ਅ ਇਹ ਤਾਂ ਹੋ ਗਿਆ ਹਰਪਾਲ ਦੇ ਮੌਜੂਦਾ ਹਾਲਾਤ ਤੇ ਹਰਪਾਲ ਦੇ ਨਾਲ ਇਹ ਸਭ ਹੋਇਆ ਕਦੋਂ ਤੇ ਹੋਇਆ ਕਿਵੇਂ ਉਹ ਗੱਲਾਂ ਹੋ ਗਈਆਂ ਪਰ ਹੁਣ ਹਰਪਾਲ ਦੀ ਇਸ ਲਵ ਸਟੋਰੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਉਹ ਉਸ ਪਹਿਲੂ ਵਾਲੇ ਪਾਸੇ ਵੱਧਦੇ ਆ ਹੌਲੀ ਹੌਲੀ ਕਰਕੇ ਵਕਫਾ ਖਿੱਸਿਆਂ ਚ ਆਪਾਂ ਜਾਵਾਂਗੇ ਇਹਨਾਂ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਪਰ ਇੱਕ ਗੱਲ ਧਿਆਨ ਨਾਲ ਕਿ ਕੱਲੀ-ਕੱਲੀ ਗੱਲ ਧਿਆਨ ਨਾਲ ਸੁਣਿਓ ਤੁਹਾਨੂੰ ਰਿਸ਼ਤੇ ਨਿਭਾਉਣੇ ਆ ਜਾਣਗੇ ਜੇ ਤੁਸੀਂ ਇਹਨਾਂ ਦੀ ਪੂਰੀ ਗੱਲ ਸਮਝੋਗੇ ਪੂਰੀ ਕਹਾਣੀ ਸੁਣੋਗੇ ਤੁਹਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਆ ਜਾਏਗੀ ਅਸੀਂ ਦੇਖਦੇ ਹਾਂ ਅੱਜ ਕੱਲ ਕਿਸੇ ਨੂੰ ਥੋੜਾ ਜਿਹਾ ਵੀ ਆਪਾਂ ਉੱਚਾ ਨੀਵਾ ਕਹਿ ਦਈਏ ਤਾਂ ਪਰਵਾਹ ਟੁੱਟ ਜਾਂਦੇ ਆ ਘਰ ਦੇ ਵਿੱਚ ਤੁਸੀਂ ਆਪਦੇ ਘਰ ਵਾਲੇ ਨੂੰ ਜਾਂ ਆਪਦੀ ਘਰ ਵਾਲੀ ਨੂੰ ਕੋਈ ਉੱਚੀ ਵੀ ਬੋਲ ਜੋਂ ਤਾਂ ਰਿਸ਼ਤੇ ਟੁੱਟ ਜਾਂਦੇ ਆ ਪਰ ਉਹਨਾਂ ਦੇ ਲਈ ਇਹ ਪਿਆਰ ਕਹਾਣੀ ਪ੍ਰੇਮ ਕਹਾਣੀ ਸੁਣਨੀ ਜ਼ਰੂਰੀ ਹੈ ਹਰਪਾਲ ਹੁਣ ਇੱਕ ਵਾਰੀ ਸੁਣਾਓ ਕੀ ਤੁਹਾਡੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਪਹਿਲਾਂ ਇਹਨੂੰ ਕਿਉਂਕਿ ਨਾ ਤਾਂ ਇਹਨਾਂ ਨੂੰ ਇੰਗਲਿਸ਼ ਸਮਝ ਆਉਣੀ ਨਾ ਇਹਨਾਂ ਨੂੰ ਮੇਰੀ ਪੰਜਾਬੀ ਤੁਸੀਂ ਇਹਨਾਂ ਨੂੰ ਕਹਦੇ ਹੋ ਇੱਥੇ ਬੈਠ ਜਾਣਗੇ ਹਨ ਇੱਥੇ ਬਿਠਾ ਦਿਓ ਤਾਂ ਕਿ ਫਰੇਮ ਦੇ ਵਿੱਚ ਵੀ ਆ ਜਾਣਗੇ ਖੈਰ ਤਾਂ ਅੱਖਾਂ ਜਲ ਨਹੀਂ ਸੀ ਕਿ ਕੋਈ ਅਦੇ ਲਵ ਪਰ ਕਿ ਪੁਏਨ ਕਮੋਡਰ ਆ ਜਾਏਨ ਇਨ ਇਨ ਕੈਮਰਾ ਸੇ ਤੁਸੀਂ ਵੀ ਸਪੈਨਿਸ਼ ਹੈਗੇ ਤਾਂ ਪੰਜਾਬੀ ਸਿੱਖਣੀ ਲੱਗਦਾ ਹਾਂਜੀ ਹਾਂਜੀ ਇਹਨਾਂ ਨੇ ਮੰਨ ਲਓ ਜਦੋਂ ਮੇਰੀ ਗੱਲ ਸਟਾਰਟ ਹੋਜੀ ਫੇਸਬੁਕ ਤੋਂ ਮੇਰੀ ਇਹਨਾਂ ਨਾਲ ਗੱਲ ਸਟਾਰਟ ਹੋਈ ਤੇ ਉਦੋਂ ਮੈਨੂੰ ਵੀ ਨਹੀਂ ਪਤਾ ਸੀ ਕਿ ਕਿ ਜਦੋਂ ਸਾਨੂੰ ਪਤਾ ਇਥੇ ਅਮਰੀਕਾ ਦੀ ਜਿਹੜੀ ਭਾਸ਼ਾ ਹੈ ਉਹ ਇੰਗਲਿਸ਼ ਹੈ ਤੇ ਇਹਨਾਂ ਨੂੰ ਜਦੋਂ ਗੱਲ ਕਰਦੇ ਮੈਨੂੰ ਦੱਸਿਆ ਇਹਨਾਂ ਨੇ ਵੀ ਜਿਹੜੀ ਸਾਡੀ ਭਾਸ਼ਾ ਤੋਂ ਸਪੈਨਿਸ਼ ਹੈ ਤੇ ਮੈਂ ਬੜਾ ਅਚੰਭੇ ਤੋਇਆ ਵੀ ਸਾਡੇ ਬਾਹਰ ਤਾਂ ਜਿਹੜੀ ਭਾਸ਼ਾ ਉਹ ਇੰਗਲਿਸ਼ ਹੈ ਜੀ ਤੇ ਇਹਨਾਂ ਨਾਲ ਗੱਲ ਕਰਦੇ ਕਰਦੇ ਜਦੋਂ ਸਮਾਂ ਬੀਤਦਾ ਗਿਆ ਤੇ ਇਹ ਨਹੀਂ ਹੌਲੀ ਹੌਲੀ ਮੈਨੂੰ ਆਪਣੇ ਜਿਹੜੀ ਭਾਸ਼ਾ ਭਾਸ਼ਾ ਚ ਗੱਲ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਵੀ ਚਲੋ ਇੰਟਰਸਟ ਹੋਇਆ ਕਾਫੀ ਵੀ ਨਵੀਂ ਭਾਸ਼ਾ ਚਲੋ ਦੇਖੀ ਵੀ ਕਿ ਇੰਗਲਿਸ਼ ਨਾਲੋਂ ਕਿਵੇਂ ਵੱਖ ਹੈ ਤੇ ਮੈਂ ਸਟਾਰਟ ਕੀਤੀ ਇਹਨਾਂ ਨਾਲ ਗੱਲ ਕਰਨੀ ਹੈ ਟਰਾਂਸਲੇਟਰ ਨਾਲ Google ਟਰਾਂਸਲੇਟਰ ਨਾਲ ਇੰਗਲਿਸ਼ ਟੂ ਸਪੈਨਿਸ਼ ਤੇ ਹੌਲੀ ਹੌਲੀ ਮੈਂ ਵੀ ਉਹ ਇਹਨਾਂ ਦੀ ਜਿਹੜੀ ਭਾਸ਼ਾ ਸਿੱਖਦਾ ਗਿਆ ਜੀ ਅ ਅ ਇਕੱਲੇ ਇਕੱਲੇ ਵਰਡਸ ਸਿੱਖਦਾ ਤੇ ਉਹਦੇ ਨਾਲ ਜਿਹੜੀ ਮੇਰਾ ਮੇਰਾ ਵੀ ਰੈਕਸਪੀਰੀਅੰਸ ਕਾਫੀ ਬਣ ਗਿਆ ਗੱਲ ਕਰਨੀ ਲੇਕਿਨ ਤੁਸੀਂ ਜ਼ਿਆਦਾ ਪੜ੍ਹੇ ਵੀ ਨਹੀਂ ਮਿਲਦਾ ਪਲੱਸ 3 ਪੜ੍ਹੇ ਤੁਸੀਂ ਤਾਂ ਸ਼ਾਇਦ ਹਾਂਜੀ ਮੈਂ ਪਲੱਸ 2 ਕੀਤੀ ਹੈ ਜੀ ਤੇ ਫਿਰ ਵੀ ਸਪੈਨਿਸ਼ ਵਾਲੇ ਤਾਂ ਫੱਟੇ ਚ ਕੀਆ ਨੇ ਤੁਸੀਂ ਹਾਂਜੀ ਹਾਂਜੀ ਉਹ ਫਿਰ ਮਤਲਬ ਇਹਨਾਂ ਦੀ ਉਹਦੋਂ ਨਾਲ ਹੀ ਜਿਦਾਂ ਇਹਨਾਂ ਨੇ ਮੈਨੂੰ ਫੋਨ ਤੇ ਹੀ ਦੱਸਖਾਈ ਹੈ ਜੀ ਬਾਕੀ Google ਤੇ ਮੈਂ ਆਪ ਅ ਸਟੱ ਤੇ ਉਹਦੇ ਨਾਲ ਜਿਹੜਾ ਹੁਣ ਮੈਂ ਪ੍ਰੋਫੈਸਰ ਇਹਨਾਂ ਨਾਲ ਗੱਲ ਕਰ ਸਕਦਾ ਹੁਣ ਆਪਾਂ ਤੁਹਾਡੀ ਪ੍ਰੇਮ ਕਹਾਣੀ ਵਾਲੇ ਪਾਸੇ ਵੱਧਦੇ ਹਾਂ ਕਿ ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਵੇਂ ਤੁਹਾਡਾ ਰਿਸ਼ਤਾ ਜਿਹੜਾ ਹੈਗਾ ਉਹ ਵਿਆਹ ਤੱਕ ਪਹੁੰਚਦਾ ਹੈ ਮੇਰੀ ਜਦੋਂ ਫੇਸਬੁੱਕ ਦੌਰਾਨ ਇਹਦਾ ਗੱਲ ਸਟਾਰਟ ਹੋਈ ਸਾਡੀ ਜੀ ਇੱਕ ਦੂਜੇ ਨੂੰ ਚਲੋ ਇਹਨਾਂ ਨੂੰ ਉਸ ਟਾਈਮ ਇਹ ਨਹੀਂ ਸਟੱਡੀ ਕਰਦੇ ਸੀ ਇਹ ਯੂਨੀਵਰਸਿਟੀ ਚ ਬਾਹਰ ਐਗਰੀਕਲਚਰ ਦੀ ਤੇ ਇਹਨਾਂ ਨੂੰ ਇੱਥੇ ਪੰਜਾਬ ਦੀ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀਆਂ ਫੋਟੋ ਚਾਹੀਦੀਆਂ ਸਨ ਤੇ ਇਹਨਾਂ ਨੇ ਮੈਨੂੰ ਮੈਸੇਜ ਆਉਂਦਾ ਕਿ ਸਾਡੇ ਪੰਜਾਬ ਦੀਆਂ ਯੂਨੀਵਰਸਿਟੀਆਂ ਫੋਟੋ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਉਸ ਟਾਈਮ ਮੈਂ ਵੀ ਫੇਸਬੁੱਕ ਤੇ ਹੀ ਐਕਟਿਵ ਰਿਹਾਗਾ ਸੀ ਜੀ ਤੇ ਇਹਨਾਂ ਨਾਲ ਗੱਲ ਕਰਦੇ ਕਰਦੇ ਇਹਨਾਂ ਨੂੰ ਫੋਟੋਆਂ ਭੇਜੀਆਂ ਦੀ ਮੈਂ ਤੇ ਹੌਲੀ-ਹੌਲੀ ਸਾਡੇ ਜਿਹੜੀ ਗੱਲ ਚੰਗੇ ਦੋਸਤ ਬਣਦੇ ਗਏ ਇਹ ਵੀ ਮੈਨੂੰ ਆਪਣੀਆਂ ਬਾੜ ਦੀਆਂ ਫੋਟੋਆਂ ਭੇਜ ਰਹੇ ਆਪਣੇ ਦੇਸ਼ ਦੀਆਂ ਆਪਣੀ ਬੋਲੀ ਆਪਣੇ ਲੋਕ ਮੈਂ ਵੀ ਦੱਸਿਆ ਆਪਣੇ ਪੰਜਾਬ ਬਾਰੇ ਤੇ ਹੌਲੀ-ਹੌਲੀ ਚੰਗੇ ਦੋਸਤ ਬਣਦੇ ਬਣਦੇ ਗਏ ਇੱਕ ਸਾਲ ਇੱਕ ਸਾਲ ਸਾਡੀ ਗੱਲ ਚੱਲੀ ਪੂਰੀ ਤੇ ਕਦੋਂ ਤੋਂ ਕਦੋਂ ਕਦੋਂ ਸ਼ੁਰੂ ਹੋਈ ਦੋ ਵਾਰ 8 ਸਾਲਾਂ ਦੇ ਮੇਰੀ ਗੱਲ ਹੋਈ ਸੀ ਇਹ ਤੇ 2019 ਚ 23 ਗਾਸ ਨੂੰ ਸਾਡੀ ਮੈਰਿਜ ਹੋਈ ਐ ਤੇ ਪੰਜਾਬ ਤੇ ਉਹ ਫੈਸਲਾ ਕੀ ਉਹ ਕਿਵੇਂ ਹੋਈ ਉਹ ਵੀ ਦੱਸੋ ਉਹ ਮਤਲਬ ਗੱਲ ਕਰਦੇ ਕਰਦੇ ਆਪਾਂ ਚੰਗੇ ਦੋਸਤ ਬਣ ਕੇ ਵਿਸ਼ਵਾਸ ਇੱਕ ਦੂਜੇ ਦਾ ਸੀ ਮਤਲਬ ਵਿਸ਼ਵਾਸ ਕੀਤਾ ਕਿ ਦੂਜੇ ਨਾਲ ਚੰਗੇ ਦੋਸਤ ਬਣ ਕੇ ਤੇ ਇਹਨਾਂ ਨੇ ਮਤਲਬ ਕਿਹਾ ਵੀ ਚਲੋ ਮੈਂ ਤੁਹਾਡਾ ਜਿਹੜਾ ਸੁਭਾਅ ਮੈਨੂੰ ਕਾਫੀ ਚੰਗਾ ਲੱਗਿਆ ਤੇ ਮੈਂ ਵੀ ਇਹਨਾਂ ਨੂੰ ਦੱਸਿਆ ਵੀ ਮੈਂ ਮੈਨੂੰ ਤੁਹੀ ਕਾਫੀ ਚੰਗੇ ਲੱਗੇ ਸੁਭਾਅ ਤੇ ਤੇ ਹੌਲੀ ਜਿਹੜੀ ਮੈਨੂੰ ਭਾਸ਼ਾ ਵੀ ਇਹਨਾਂ ਦੀ ਆਣ ਲੱਗੀ ਤੇ ਉਹ ਹੌਲੀ ਹੌਲੀ ਜਿਹੜਾ ਮਨ ਲੋ ਸਾਡਾ ਇਹ ਦੋਸਤੀ ਉਹ ਪਿਆਰ ਚ ਬਦਲ ਗਈ ਜੀ ਤੇ ਇਹਨਾਂ ਨੇ 2019 ਚ ਫਿਰ ਇੱਥੇ ਆ ਫੈਸਲਾ ਕੀਤਾ ਪੰਜਾਬ ਅਕੇ ਮੈਰਿਜ ਕਰਵਾਉਣ ਦਾ ਤੇ ਸਾਡੀ ਫਤਿਹਗੜ੍ਹ ਸਾਹਿਬ ਮੈਰਿਜ ਹੋਈ ਜੀ ਪੰਜਾਬ ਚ 23 ਅਗਸਤ ਨੂੰ 2019 ਚ ਅੱਜ ਫਿਰ ਕੌਣ ਕੌਣ ਸੀ ਘਰੇ ਦੱਸਤਾ ਸੀ ਨਹੀਂ ਨਹੀਂ ਘਰੇ ਉਸ ਟਾਈਮ ਨਹੀਂ ਪਤਾ ਸੀ ਕਿਸੇ ਨੂੰ ਕਿਉਂਕਿ ਉਹ ਤੋਂ 3-4 ਉਸੇ ਵਿੱਚ ਉਸੇ ਸਾਲ ਚ ਮੇਰੇ ਵੱਡੇ ਭਰਾ ਦਾ ਵਿਆਹ ਸੀ ਜੀ ਤੁਹਾਨੂੰ ਪਤਾ ਮੈਂ ਇਥੇ ਪੰਜਾਬ ਚ ਇਹ ਚੀਜ਼ ਮੈਨੂੰ ਚੰਗੀ ਲੱਗਦੀ ਕਿ ਛੋਟੇ ਭਰਾ ਛੋਟਾ ਭਰਾ ਪਹਿਲੇ ਵਿਆਹ ਕਰਾ ਲਾ ਬਡੇ ਦਾ ਵਿਆਹ ਨਹੀਂ ਹੋਇਆ ਤੇ ਉਸੇ ਕਾਰਨ ਕਰਕੇ ਮੈਂ ਘਰਦਨ ਦੱਸਿਆ ਨਹੀਂ ਹੈ ਜੀ ਵੀ ਮੈਂ ਮੈਰਜ ਨਾਲ ਮੇ ਕੋੜੀ ਨਾਲ ਵਿਆਹ ਕਰਾ ਲਿਆ ਮੈਂ ਤੇ ਉਹ ਮੈਂ ਥੋੜਾ ਏ ਮੈਂ ਲਾਈਫ ਦਾ ਆਈਡੀਆ ਵੀ ਮੈਂ ਸਰਪ੍ਰਾਈਜ਼ ਜਣਾ ਕਰਦਿਆਂ ਨੂੰ ਵੀ ਮੈਰਜ ਕਰਾ ਕੇ ਜਦੋਂ ਚਲੋ ਮੈਂ ਭਰਾ ਵੱਡੇ ਦਾ ਵਿਆਹ ਨਪਟਾ ਕੇ ਵੀ ਬਾਅਦ ਚ ਆਪਣਾ ਜਿਹੜਾ ਵੀਜ਼ਾ ਵੀਜ਼ਾ ਲੈ ਕੇ ਮੈਂ ਬਾਹਰ ਜਾਊਂਗਾ ਤੇ ਬਾਹਰ ਜਾ ਕੇ ਮੈਂ ਘਰਦਨ ਨੂੰ ਸਰਪ੍ਰਾਈਜ਼ ਦਊਂਗਾ ਵੀ ਮੈਂ ਗੋੜੀ ਨਾਲ ਵਿਆਹ ਕਰਾ ਲਿਆ ਤੇ ਨਾ ਮੈਂ ਇੱਕਦਮ ਤਰੀਕਾ ਉਹ ਸਮਾਂ ਚਲੋ ਜੋ ਲੱਗਦਾ ਗਿਆ ਇੱਥੇ ਇਨੀ 1 ਮਹੀਨਾ ਉਸ ਟਾਈਮ ਲੱਗੇ ਅਗੇ ਜੀ ਇਹ ਜਦੋਂ ਜਦੋਂ ਸਾਡਾ ਵਿਆਹ ਹੋਇਆ ਤੇ ਬਾਅਦ ਵਿੱਚ ਇਹ ਚਲ ਗਏ ਜੀ ਕਿਉਂਕਿ ਵੀ ਮੈਂਮੀ ਇੱਥੇ ਪੰਜਾਬ ਚਾਵਲਾਂ ਦਾ ਕੰਮ ਕਰੇ ਖੇਤੀਬਾੜੀ ਦਾ ਕੰਮ ਹੈ ਜੀ ਇਹ 1 ਮਹੀਨਾ ਜਦੋਂ ਵਿਆਹ ਹੋਇਆ ਉਹਦੇ 1 ਮਹੀਨਾ ਤੁਹਾਡੇ ਨਾਲ ਇੱਥੇ ਇਨੀ ਰਹਿ ਕੇ ਗਏ ਆ ਤੇ ਉਸ ਤੋਂ ਬਾਅਦ ਫਿਰ ਵਾਪਸ ਚਲੇ ਜਾਂਦੇ ਆ ਉਹ ਰਾਪਤਾ ਤੁਹਾਡਾ ਫਿਰ ਲਗਾਤਾਰ ਰਹਿੰਦਾ ਹਾਂਜੀ ਉਹ 1 ਮਹੀਨਾ ਰਹਿ ਕੇ ਇੱਥੇ ਜੀ ਮੈਰਿਜ ਤੋਂ ਬਾਅਦ ਵਾਪਸ ਚਲੇ ਗਏ ਜੀ ਤੇ ਅਸੀਂ ਪਲਾਨਿੰਗ ਇਹ ਕੀਤੀ ਉਹਦੀ ਵੀ ਚਲੋ ਬਾਹਰ ਜਾ ਕੇ ਜਿਹੜਾ ਵੀਜ਼ਾ ਅਸੀਂ ਅਪਲਾਈ ਕਰਾਂਗੇ ਮੈਂ ਵੀ ਇੱਥੇ ਵੀ ਇਹਨਾਂ ਨੂੰ ਦੱਸਿਆ ਸੀ ਮੈਂ ਚਲੋ ਵੀ ਮੈਰਿਜ ਦੇ ਬਾਅਦ ਅਸੀਂ ਜਿਹੜਾ ਸਰਪ੍ਰਾਈਜ਼ ਦਵਾਂਗੇ ਕਰਦੇ ਹਾਂ ਨੂੰ ਕਿ ਮੇਰਾ ਵੱਡਾ ਭਰਾ ਇੱਥੇ ਇਸੇ ਸਾਲ ਵਿਆਹ ਹੈ ਵੀ ਮੈਂ ਘਰੇ ਦੱਸ ਨਹੀਂ ਸਕਦਾ ਇਹ ਚੀਜ਼ ਨੂੰ ਤੇ ਕੋਈ ਗੱਲ ਨਹੀਂ ਉੱਤਿਆਂ ਦਾ ਪਿਆਰ ਕਰ ਹਾਂਜੀ ਹਾਂਜੀ ਤੇ ਵੀ ਘਰੇ ਜਾ ਕੇ ਮੈਂ ਮੰਨ ਲਓ ਬਾਅਦ ਚੋਂ ਜਦੋਂ ਭਰਾ ਦਾ ਵੱਡੇ ਦਾ ਵਿਆਹ ਹੋ ਗਿਆ ਵੀ ਫਿਰ ਚਲੋ ਅਸੀਂ ਘਰੇ ਦੱਸ ਦਾਂਗੇ ਕੋਈ ਗੱਲ ਨਹੀਂ ਮੇਰੀ ਮੈਰਿਜ ਹੋ ਗਈ ਹੈ ਤੇ ਸੋ ਪਲੈਨਿੰਗ ਹੁੰਦਾ ਸਮਾਂ ਲੰਘਦਾ ਗਿਆ ਜੀ ਤੇ ਉਦੋਂ ਬਾਅਦ ਜਦੋਂ ਸਾਡਾ ਡਾਕੂਮੈਂਟ ਇੱਥੇ ਮੈਂ ਲਾਈਵ ਸੀ ਬਾਹਰ ਐਮਬੈਸੀ ਆਪਣੇ ਵੀਜ਼ੇ ਵਾਸਤੇ ਉਸੇ ਦੌਰਾਨ ਚੱਲ ਪਈ ਕਰੋਨਾ ਵਾਇਰਸ ਸਾਰੇ ਕੰਮ ਬੰਦ ਹੋ ਗਏ ਠਾਪੋ ਗਏ ਪੂਰੇ ਵਰਲਡ ਵਿੱਚ ਇੱਥੇ ਵੀ ਬਾਹਰ ਵੀ ਤੇ ਇਹ ਇਹ ਵੀ ਬਾਹਰ ਚਲ ਗਏ ਜੀ ਮੈਂ ਵੀ ਇੱਥੇ ਪੰਜਾਬ ਚ ਆਪਣਾ ਕੰਮ ਕਰ ਕਰੀ ਗਿਆ ਜੀ ਤੇ ਉਸ ਦੌਰਾਨ ਕਰੋਨਾ ਵਾਇਰਸ ਕਰੋਨਾ ਵਾਇਰਸ ਚੱਲਦਾ ਰਿਹਾ ਜੀ ਤੇ ਦਿੱਲੀ ਕਿਸਾਨੀ ਧਰਨਾ ਸ਼ੁਰੂ ਹੋ ਗਿਆ ਜੀ ਉਸ ਦੌਰਾਨ 2021 ਚ ਤੇ ਉਸ ਦੌਰਾਨ ਮੈਂ ਵੀ ਮੋਰਚੇ ਦੋ ਤਰਵਾਰੀ ਪਹਿਲਾਂ ਵੀ ਗਿਆ ਸੀ ਤੇ ਲਾਸਟ ਵਾਰ ਜਦੋਂ ਮੈਂ ਗਿਆ 5 ਮਾਰਚ 2021 ਨੂੰ ਉਹ ਤਾਂ ਸੇਵਾ ਕਰਨ ਵਾਸਤੇ ਤੇ ਇਹਨਾਂ ਨੂੰ ਮੈਂ ਦੱਸਿਆ ਫੋਨ ਤੋਂ ਉਸ ਟਾਈਮ ਮੈਂ ਵੀ ਮੈਂ ਦਿੱਲੀ ਕਿਸਾਨੀ ਧਰਨਾ ਨੇ ਸੇਵਾ ਕਰਨ ਜਾ ਰਿਹਾ ਹਾਂ ਤੇ ਵੀ ਮੈਂ ਉਥੇ ਸੇਵਾ ਕਰਕੇ ਦੋ ਦੋਏ ਦਿਨ ਵਾਪਸ ਆਉਂਗਾ ਤੇ ਇਹਨਾਂ ਨੂੰ ਸਾਰੀ ਮੇਰੀ ਗੱਲ ਜਿਹੜੀ ਹੋਈ ਉਸ ਟਾਈਮ ਤੇ ਆਪਾਂ ਉਥੇ ਪਿੰਡੋਂ ਰਸ਼ਨ ਰਸ਼ਨ ਲੈ ਕੇ ਗਏ ਸੀ ਟੈਂਪੂ 'ਚ ਤੇ ਨਾਲ ਹੋਰ ਸੰਗਤ ਵੀ ਸੀ ਤੇ ਉਥੋਂ ਅਪੋਜ ਸਰ ਉਥਾਂ ਹੀ ਦਿਨ ਪੂਰੇ ਦਿਨ ਸੇਵਾ ਕਰਕੇ ਰਾਤ ਨੂੰ ਜਦੋਂ ਉਥੋਂ ਵਾਪਸ ਪਿੰਡ ਨੂੰ ਆਣ ਲੱਗੇ ਜੀ ਇਹਨਾਂ ਨੂੰ ਕਿਹਾ ਮੈਂ ਵੀ ਮੈਂ ਤੁਹਾਨੂੰ ਮੈਂ ਘਰੇ ਜਾ ਕੇ ਫੋਨ ਕਰੂੰਗਾ ਵੀ ਲਗਭਗ 8:30 9 ਘੰਟੇ ਦਾ ਸਪਰਾ ਸਾਡਾ ਦਿੱਲੋਂ ਪਿੰਡੀ ਪਿੰਡ ਦਾ ਵੀ ਤੁਸੀਂ ਫਿਕਰ ਨਾ ਕਰਿਓ ਵੀ ਮੈਂ ਤੁਹਾਨੂੰ ਘਰ ਜਾ ਕੇ ਮੈਂ ਕਾਲ ਕਰੂੰਗਾ ਰਾਤ ਨੂੰ ਤੋਂ ਚੱਲਦੇ ਸਾਰ ਸਾੜਾ ਨਾ ਤੜਕੇ 3 ਵਜੇ ਇੱਥੇ ਚੰਡੀਗੜ੍ਹ ਕਰਾਲੀ ਬਾਈਪਾਸ ਤੋਂ ਸਾਡਾ ਰਾਤ ਨੂੰ ਐਕਸੀਡੈਂਟ ਹੋ ਜਾਂਦਾ ਜੀ 5 ਮਾਰਚ 2021 ਨੂੰ ਤੇ ਮੇਰਾ ਸੱਟ ਲੱਗਦੀ ਹੈ ਜੀ ਗੱਡਣ ਦੀ ਰੀਡ ਦੀ ਐਡੀ ਫੈਕਚਰ ਹੋ ਜਾਂਦੀ ਹੈ ਜੀ ਤੇ ਜਿਹੜਾ ਡਰਾਈਵਰ ਸੀ ਉਹਦਾ ਚੂਲਾ ਫੈਕਚਰ ਹੁੰਦਾ ਜੀ ਤੇ ਉਸ ਤੋਂ ਬਾਅਦ ਸਾਨੂੰ ਪੀਜੀ ਸ਼ਿਫਟ ਹੋ ਜਾਂਦਾ ਮੈਂ ਪੀਜੀ ਮੈਨੂੰ ਰੈਫਰ ਕਰ ਦਿੰਦੇ ਉੱਥੋਂ ਰੋਡ ਤੋਂ ਤੇ ਜਿਹੜਾ ਦੂਜਾ ਮੁੰਡਾ ਜੀ ਉਹਨੂੰ ਦੂਜੇ ਅਫਸਰ ਲੈ ਜਾਂਦੇ ਜੀ ਤੇ ਉਸ ਦਰਾਂ ਇਹ ਜਿਹੜਾ ਇਹਨਾਂ ਨੂੰ ਮੈਂ ਦੱਸਿਆ ਸੀ ਵੀ ਮੈਂ ਤੁਹਾਨੂੰ 8 ਘੰਟੇ ਬਾਅਦ ਫੋਨ ਕਰੂੰਗਾ ਜੀ ਇਹਨਾਂ ਦੀ ਉਹਨਾਂ ਨੂੰ ਫਿਕਰ ਬੈ ਗਈ ਵੀ ਮੇਰਾ ਫੋਨ ਹੀ ਹੈ 8-9 ਘੰਟੇ ਟਾਈਮ ਲੰਘਦਾ ਗਿਆ ਤੇ ਉਦੋਂ ਨੇ ਇੱਥੇ ਸਾਡੇ ਕਿਸੇ ਨੂੰ ਇੱਥੇ ਪਤਾ ਨਹੀਂ ਸਾਬੀ ਜਿਹੜੀ ਮੇਰੀ ਮੈਰਿਜ ਹੋਈ ਹੈ ਤੇ ਮੇਰੇ ਇੱਕ ਦੋਸਤ ਨੂੰ ਪਤਾ ਸੀ ਉਹ ਉਹਨਾਂ ਨੂੰ ਮੇਰਾ ਨਾ ਮੈਂ ਉਹਨਾਂ ਨੂੰ ਨੰਬਰ ਦਿੱਤਾ ਸੀ ਇਹਨਾਂ ਦਾ ਮੇਰੇ ਦੋਸਤ ਨੂੰ ਵੀ ਕਦੇ ਐਮਰਜੈਂਸੀ ਕਦੇ ਹੋਈ ਹੈ ਵੀ ਤੁਸੀਂ ਉਹਨੂੰ ਫੋਨ ਕਰ ਸਕਦੇ ਆ ਮੇਰੇ ਦੋਸਤ ਨੂੰ ਤੇ ਇਹਨਾਂ ਨੇ ਉਸ ਦੋਸਤ ਨੂੰ ਫੋਨ ਕਰਨਾ ਸ਼ੁਰੂ ਕਰਤਾ ਜਦੋਂ 8-9 10 ਘੰਟੇ ਲੰਘਦੇ ਹੋ ਗਏ ਨਾ ਟਾਈਮ ਲੰਘ ਗਿਆ ਵੀ ਮੇਰਾ ਫੋਨ ਨਹੀਂ ਆਇਆ ਤੇ ਉਹ ਦੋਸਤ ਨੂੰ ਮੈਨੂੰ ਪਤਾ ਸੀ ਜੋ ਜਿਹੜਾ ਮੇਰਾ ਨਾ ਹਾਸਾ ਹੋਇਆ ਤੇ ਇਹਨਾਂ ਨੇ ਦੋਸਤ ਨੂੰ ਮੈਸੇਜ ਕੀਤਾ ਵੀ ਹਰਪਾਲ ਵੀ ਕਿੱਥੇ ਉਹਦਾ ਫੋਨ ਨਹੀਂ ਲੱਗ ਰਿਹਾ ਵੀ ਉਹਦਾ ਫੋਨ ਬੰਦ ਆ ਰਿਹਾ ਵੀ ਉਹ ਦਿੱਲੀ ਕਿਸਾਨੀ ਤੋਂ ਚੱਲ ਕੇ ਵੀ ਪਿੰਡ ਨੂੰ ਪਿੰਡ ਨੂੰ ਪਿੰਡ ਪਹੁੰਚ ਗਿਆ ਹੋਣਾ ਵੀ ਉਹਦਾ ਫੋਨ ਬੰਦ ਆ ਰਿਹਾ ਕਾਫੀ ਤੇ ਦੋਸਤ ਨੇ ਮੈਨੂੰ ਕਿਹਾ ਵੀ ਸ਼ਾਇਦ ਉਹ ਥੱਗ ਗਿਆ ਹੋਣਾ ਸਫਰ ਤੇ ਵੀ ਸੁੱਤਾ ਪਿਆ ਹੋਣਾ ਵੀ ਤੁਸੀਂ ਫਿਕਰ ਨਾ ਕਰੋ ਜਦੋਂ ਉੱਠੂਗਾ ਤੁਹਾਨੂੰ ਫੋਨ ਕਰ ਲਊਗਾ ਇਹਨਾਂ ਨੇ ਉਹਨਾਂ ਦੀ ਗੱਲ ਮੰਨ ਕੇ ਚਲੋ ਦਲਾਸਾ ਕੀਤਾ ਉਸ ਸਮਾਂ ਲੰਘਦਾ ਗਿਆ ਦੂਜੇ ਦਿਨ ਮੈਨੂੰ ਜਦੋਂ ਹਸਪਤਾਲ 'ਚ ਹੋਸ਼ ਆਈ ਜੀ ਤੇ ਮੇਰਾ ਚਲੋ ਦਿਮਾਗ ਉਸ ਟਾਈਮ ਸਹੀ ਦਾ ਮੈਂ ਸਾਰਾ ਮੈਨੂੰ ਚਿੰਤਾ ਸੀ ਵੀ ਇਹਨਾਂ ਨੂੰ ਮੈਂ ਫੋਨ ਕਰਕੇ ਦੱਸਿਆ ਤਾਂ ਵੀ ਮੈਂ ਜਾ ਕੇ ਤੁਹਾਨੂੰ ਗੱਲ ਕਰੂੰਗਾ ਤੇ ਉਹ ਫਿਰ ਇਹ ਮੇਰਾ ਉਸ ਟਾਈਮ ਮੇਰੀ ਫੈਮਿਲੀ ਮੈਂਬਰ ਕੋਲ ਖੜੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਫੋਨ ਮੇਰਾ ਕਿੱਥੇ ਹੈ ਉਸ ਟਾਈਮ ਮੇਰੇ ਹੱਥ ਨਹੀਂ ਕੰਮ ਕਰਦੇ ਨਾ ਮੈਨੂੰ ਐਨਾ ਮਹਿਸੂਸ ਹੋਇਆ ਉਹ ਮੈਨੂੰ ਹੋਸ਼ ਆਉਂਦੇ ਸਾਰ ਮੈਂ ਇਹਨਾਂ ਨੂੰ ਫੋਨ ਕੀਤਾ ਵੀਡੀਓ ਗੱਲ ਤੇ ਇਹਨਾਂ ਨਾਲ ਗੱਲ ਕੀਤੀ ਮੈਂ ਉਸ ਟਾਈਮ ਮੇਰਾ ਜਿਹੜਾ ਆਵਾਜ਼ ਮੇਰੀ ਆਉਂਦੀ ਸੀ ਉਸ ਟਾਈਮ ਨਹੀਂ ਮੈਨੂੰ ਪਤਾ ਸੀ ਜਿਹੜੀ ਮੇਰੀ ਰੀਡ ਦੀ ਹੱਡੀ ਜਿਹੜੀ ਮੇਰੀ ਫੈਕਚਰ ਹੋ ਗਈ ਹੈ ਮੈਨੂੰ ਉਸ ਚੋਂ ਦਾ ਕੁਝ ਨਹੀਂ ਪਤਾ ਸੀ ਤੇ ਇਹਨਾਂ ਨਾਲ ਫੋਨ 'ਚ ਮੈਂ ਦੂਜੀ ਫਿਕਰ ਨਾ ਕਰਿਓ ਰਾਤ ਮੇਰਾ ਐਕਸੀਡੈਂਟ ਹੋ ਗਿਆ ਤੂੰ ਤੇ ਕਰਕੇ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਫੋਨ 'ਚ ਦੱਸਿਆਵਾਂਗਾ ਵੀ ਮੈਨੂੰ ਮੈਂ ਠੀਕ ਆ ਮੈਂ ਵੈਸੇ ਹਸਪਤਾਲ 'ਚ ਆਂ ਸ਼ਾਇਦ ਮੰਗਾ ਵੀ ਮੈਂ ਕੁਝ ਦਿਨ ਮੈਨੂੰ ਅਸਰ ਰੱਖਣਾ ਹੈ ਨਹੀਂ ਤੇ ਮੈਂ ਠੀਕ ਹੋ ਕੇ ਮਹਾਂ ਘਰੇ ਦਿਲ ਜਾਣਾ ਇਹਨਾਂ ਵੀ ਉਹ ਗੱਲ ਤੋਂ ਠੀਕ ਮੈਂ ਵੀ ਹਾਂ ਮੈਂ ਗੱਲ ਕਰ ਰਿਹਾ ਚੰਗਾ ਮੇਰਾ ਮੈਨੂੰ ਕਿਤੇ ਵੀ ਮੇਰੇ ਸੀਟ 'ਚ ਕੋਈ ਦਾਗ ਨਹੀਂ ਸੀ ਕੋਈ ਖੂਨ ਦਾ ਖੂਨ ਨਹੀਂ ਸੀ ਜਿਦਾ ਕਿਤਾ ਵੀ ਤੇ ਨਾ ਮੈਨੂੰ ਕੋਈ ਦਰਦ ਹੁੰਦਾ ਸੀ ਤੇ ਇਹਨਾਂ ਵੀ ਚਲੋ ਉਹ ਗੱਲ ਉੱਥੇ ਉਹ ਗੱਲ ਮੰਨ ਕੇ ਇਹਨਾਂ ਵੀ ਫੋਨ ਮੰਨ ਲਓ ਮਗਾ ਮੇਰਾ ਜਿਹੜਾ ਜਿਹੜਾ ਲਾ ਸ਼ੁਰ ਇਸੋਂ ਮੈਂ ਬਾਅਦ ਚ ਫੋਨ ਕਰੂੰਗਾ ਜੀ ਉਹ ਜਿੱਦਾਂ ਚਲੋ ਸਮਾਂ ਲੰਘਦਾ ਗਿਆ ਹੌਲੀ ਹੌਲੀ ਉਹ ਜਿਹੜੇ ਸੱਟ ਰੀੜ ਦੀ ਟੀ ਸੱਟ ਕਰਨਾ ਜੀ ਮੇਰਾ ਜਿਹੜਾ ਫੇਫੜੇ ਕੰਮ ਕਰਨਾ ਬੰਦ ਕਰ ਗਏ ਉਹ ਨਹੀਂ ਆਕਸੀਜਨ ਲਾਤੀ ਜੀ ਐਕਸ-ਰੇ ਜਾਂ ਤੋਂ ਹੋਵੇ ਐਮ ਆਰ ਆਈ ਹੋਈ ਤਾਂ ਉਹ ਨਹੀਂ ਦਾ ਸੈ ਡਾਕਟਰ ਨੂੰ ਡਾਕਟਰਾਂ ਦਾ ਸਿਆ ਪਰਿਵਾਰ ਨਾਲੇ ਮੈਨੂੰ ਦੱਸਿਆ ਵੀ ਜਿਹੜੀ ਰੀੜ ਦੀ ਰੱਡੀ ਜਿਹੜੀ ਤੇਰੀ ਫੈਕਚਰ ਹੋ ਗਈ ਆ ਤੇ ਇੱਕ ਮੇਰਾ ਜਿਹੜਾ ਖੱਬ ਜਿਹੜੀ ਖੱਬੀ ਲੱਤ ਆ ਜੋ ਵੀ ਮੇਰੀ ਫੈਕਚਰ ਦੀ ਉਸ ਟਾਈਮ ਤੇ ਉਹ ਸਮਾਂ ਲੰਘਦਾ ਗਿਆ ਇਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਪਰਿਵਾਰ ਨੂੰ ਕਿਸ ਨੂੰ ਪਤਾ ਨਹੀਂ ਸੀ ਵੀ ਜਿਹੜਾ ਮੇਰਾ ਜਿਹੜੀ ਸਮਾਂ ਲੰਘਦਾ ਗਿਆ ਜੀ ਮੇਰਾ ਆਪਰੇਸ਼ਨ ਹੋ ਗਿਆ ਇੱਥੇ ਅੱਜ ਉਹ ਨਿਗਰ ਦਾ ਹਸਪਤਾਲ ਚ ਆਪਰੇਸ਼ਨ ਤੇ ਮੇਰਾ ਉਹ ਨਹੀਂ ਗੱਲ ਚ ਪਿਆ ਪਾਤੀ ਜਿੱਥੇ ਸਾਹ ਲੈਣ ਵਾਸਤੇ ਕਿਉਂਕਿ ਫੇਫੜੇ ਕੰਮੇ ਬਹਾਉ ਕੰਮ ਕਰਨਾ ਬੰਦ ਕਰ ਗਏ ਤੇ ਇਹਨਾਂ ਨਾਲ ਮੇਰੀ ਜਿਹੜੀ ਗੱਲਬਾਤ ਖੋਣੀ ਮੇਰੀ ਬੰਦ ਹੋ ਗਈ ਬਿਲਕੁਲ ਤੇ ਆਵਾਜ਼ ਤੁਹਾਡੀ ਖਤ ਬੰਦ ਹੋ ਗਈ ਹਾਂ ਆਵਾਜ਼ ਮੇਰੀ ਬੰਦ ਹੋ ਗਈ ਜੀ ਤੇ ਉਸ ਟਾਈਮ ਮਤਲਬ ਆਪਰੇਟ ਹੋਇਆ ਮੇਰਾ ਹਾਲਾਤ ਬੜੇ ਕਾਫੀ ਮਾੜੇ ਹੋ ਗਏ ਤੇ ਹੋਸ਼ ਮੈਨ ਬੜੀ ਘਟਾ ਆਉਂਦੀ ਸੀ ਜੀ ਤੇ ਬਹੁਤ ਝਲੋਖਾ ਡੈਮ ਕੱਢਿਆ ਉਸ ਟਾਈਮ ਜੀ ਤੇ ਉਸ ਟਾਈਮ ਜਿਹੜਾ ਜਿਹੜੇ ਮੇਰੇ ਹਾਲਾ ਉਹ ਇਹਨਾਂ ਦੱਸਦਾ ਸੀ ਜੇ ਮੇਰੇ ਹਾਲਾਤ ਬਾਰੇ ਵੀ ਹਾਂ ਹਰਪਾਲ ਠੀਕ ਹੈ ਉਹਦਾ ਆਪਰੇਸ਼ਨ ਹੋ ਗਿਆ ਉਹ ਕੀ ਸਾਡੇ ਪਰਾਲੇ ਕਿਸ ਨੂੰ ਨਹੀਂ ਪਤਾ ਸੀ ਉਹ ਸਮਾਂ ਲੰਘਦਾ ਗਿਆ ਜੀ ਉਸ ਤੋਂ ਬਾਅਦ ਮੈਂ ਥੇ ਮਹੀਨਾ ਰਿਹਾ ਇਹ ਮਹੀਨੇ ਤੱਕ ਜਿਹੜਾ ਮੇਰਾ ਦੋਸਤ ਹੈ ਉਹੀ ਇਹਨਾਂ ਨਾਲ ਗੱਲ ਕਰਕੇ ਦੱਸਦਾ ਸੀ ਇਹਨਾਂ ਵੀ ਹਰਪਾਲ ਠੀਕ ਹੈ ਉਹੀ ਇੱਥੇ ਮੇਰੇ ਹੱਥਾਂ ਲਾ ਕੇ ਵੀਡੀਓ ਕਾਲ ਤੇ ਦੱਸਦਾ ਸੀ ਮੈਨੂੰ ਵੀ ਹਾਂ ਦੇਖ ਲੋ ਬੰਦਾ ਵੀ ਮੈਂ ਜਿਹੜੀ ਅੱਗੇ ਨਾਲ ਰਿਕਵਰੀ ਹੋ ਰਹੀ ਆ ਹੌਲੀ ਹੌਲੀ ਮੈਂ ਠੀਕ ਆ ਮੈਨੂੰ ਹੋਸ਼ ਆ ਰਹੀ ਆ ਤੇ ਉਹ ਸਮਾਂ ਲੰਘਦਾ ਗਿਆ ਜੀ ਮੈਂ ਮਹੀਨਾ ਇੱਥੇ ਰਿਹਾ ਆਪਰੇਸ਼ਨ ਹੋ ਗਿਆ ਛੁੱਟੀ ਹੋ ਗਈ ਇੱਥੋਂ ਮੈਨੂੰ ਮੈਂ ਚੱਲ ਗਿਆ ਬਾ ਪਿੰਡ ਜਦੋਂ ਗਿਆ ਜੀ ਪਿੰਡ ਅਲਾ ਸ਼ੁਰੂ ਹੋਇਆ ਇਹਨੇ ਮੈਨੂੰ ਦੱਸ ਮਤਲਬ ਉਹ ਮੇਰੇ ਦੋਸਤੋ ਪੁੱਛਾਗੇ ਵੀ ਹਾਲਾਤ ਮੇਰੇ ਕਿੱਦਾਂ ਹੈ ਤੇ ਉਹਨੂੰ ਦੱਸਿਆ ਵੀ ਜਿਹੜੇ ਹਾਲਾਤ ਹੈ ਉਹ ਮਤਲਬ ਇਹ ਨਹੀਂ ਮੇਰੇ ਫੇਸ ਦੇ ਜੋ ਦੇਖਣਾ ਮੈਨੂੰ ਹਾਲਾਤ ਫੇਸ ਮੇਰਾ ਕਾਫੀ ਮਤਲਬ ਮੂੰਹ ਸਾਰਾ ਸੁੱਕ ਗਿਆ ਮੇਰਾ ਤੇ ਅੱਖਾਂ ਵਿੱਚ ਬੜਗੀਆਂ ਮਤਲਬ ਸੱਟ ਕਰਨ ਇਹਨਾਂ ਨੂੰ ਫਿਕਰ ਪੈ ਗਈ ਕਾਫੀ ਵੀ ਜਿਹੜੇ ਹਾਲਾਤ ਦਾ ਹਰ ਬਾਲ ਦੇ ਦਿਨ ਬੰਦਨ ਬੜੇ ਮਾੜੇ ਹੁੰਦੇ ਜਾਂਦੇ ਕਿਉਂਕਿ ਫੇਸ ਤੇ ਲੱਗ ਜਾਂਦਾ ਪਤਾ ਬੰਦੇ ਦਾ ਤੇ ਇਹਨਾਂ ਨੇ ਉੱਥੇ ਮਤਲਬ ਸਾਡੇ ਜਦੋਂ ਘਰੇ ਤੇ ਜਦ ਕਰੇ ਜਦੋਂ ਮੇਰਾ ਮਤਲਬ ਟ੍ਰੀਟਮੈਂਟ ਸ਼ੁਰੂ ਹੋ ਗਿਆ ਕਰ ਕਰਦੇ ਲੈ ਕੇ ਪਿੰਡ ਤੇ ਮੇਰੀ ਭਾਬੀ ਜੀ ਨੂੰ ਮੇਰੇ ਮੇਰਾ ਫੋਨ ਭਾਬੀ ਜੀ ਕੋਲੇ ਮੇਰੀ ਵੱਡੀ ਭਾਬੀ ਜੀ ਕੋਲ ਤੇ ਉਹਨਾਂ ਨੇ ਮਤਲਬ ਜਦੋਂ ਇਹਨਾਂ ਨੂੰ ਮੈਸੇਜ ਆਣਾ ਜਦੋਂ ਇਹਨਾਂ ਦੀ ਕਾਲ ਆਣੀ ਉਹਨਾਂ ਨੇ ਮੇਰੇ ਫੋਨ ਮੋੜ ਰੱਖ ਦੇਣਾ ਨਹੀਂ ਮੈਨੂੰ ਪੁੱਛਿਆ ਵੀ ਇਹ ਕੌਣ ਆ ਵੀ ਕਾਫੀ ਜੀ ਤੁਹਾਨੂੰ ਫੋਨ ਕਰਦੇ ਫਿਰ ਉਹਨਾਂ ਨੂੰ ਦੱਸਿਆ ਮੈਂ ਮਗਾ ਵੀ ਮੇਰੀ ਇਹ ਮੇਰੀ ਮੈਰਿਜ ਹੋਈ ਹੈ ਵੀ ਮੇਰੀ ਵਾਈਫ ਹੈ ਉਹ ਵੀ ਬੜੇ ਚਿੰਤਤ ਸੀ ਵੀ ਤੇਰੀ ਵਾਈਫ ਕਿਦਾਂ ਇਹਦਾ ਵਿਆਹ ਕਿੱਦਾਂ ਹੋਇਆ ਤੇ ਉਹਨਾਂ ਨੂੰ ਫਿਰ ਉਸ ਟਾਈਮਾਂ ਦੱਸਿਆ ਇਸ਼ਾਰੇ ਵਿੱਚ ਇਸ਼ਾਰੇ ਨਾਲ ਕਿਉਂਕਿ ਉਸ ਟਾਈਮ ਮੇਰੇ ਗਲ ਦੇ ਪੈਪ ਲੱਗੀ ਸੀ ਪੈ ਮੈਂ ਗੱਲ ਨਹੀਂ ਕਰ ਸਕਦਾ ਸੀ ਤੇ ਉਹ ਮੇਰੀ ਜਿਹੜੀ ਭਾਜਾ ਸਾਹਮਦੇ ਸਨ ਮੇਰੀ ਭਾਬੀ ਜਿੱਕੇ ਲਈ ਪਰਿਵਾਰ ਦੇ ਜਿਹੜੇ ਮੈਨੂੰ ਮੰਨ ਲਓ ਮੈਨੂੰ ਸਮਝਦੇ ਸੀ ਵੀ ਮੈਂ ਕੀ ਬੋਲ ਰਿਹਾ ਕੀ ਕਹਿਣਾ ਚਾਹਾਂ ਤੇ ਉਹਨਾਂ ਨੇ ਮੇਰੀ ਮੰਨ ਲਓ ਬੇ ਦੱਸਿਆ ਮਾ ਮੇਰੀ ਮੈਰਿਜ ਹੋ ਗਈ ਹੈ ਤੇ ਉਹਨੇ ਉਸ ਟਾਈਮ ਇਹਨਾਂ ਨੂੰ ਨਹੀਂ ਮੰਨ ਲਓ ਗੋਲੀ ਕਿਹਾ ਕਿ ਹਾਲਾਤ ਮੇਰੇ ਬੜੇ ਖਰਾਬ ਸਨ ਤੇ ਉਹ ਇਹਨਾਂ ਨਾਲ ਫਿਰ ਗੱਲ ਦਾ ਸਟਾਰਟ ਹੋਈ ਮੇਰੀ ਰੋਜ਼ਾਨਾ ਮੈਂ ਗੱਲ ਕਰਦਾ ਸੀ ਵੀਡੀਓ ਕਾਲ 'ਚ ਤੇ ਇਹ ਨਹੀਂ ਦੇਖਿਆ ਮੈਨੂੰ ਮੈਨੂੰ ਰਪਾਲ ਨੂੰ ਮਦਰੀ ਲੋੜ ਹੈ ਤੇ ਵੀ ਜਿਹੜਾ ਪਰਿਵਾਰ ਹੈ ਉਹ ਵੀ ਚਲੋ ਨਾਲ ਖੜਾ ਹੈ ਪਰ ਪਰਿਵਾਰ ਨੂੰ ਵੀ ਇਸ ਚੀਜ਼ ਇਸ ਚੀਜ਼ ਬਾਰੇ ਨਹੀਂ ਪਤਾ ਸੀ ਕਿ ਮੇਰੀ ਕੇਅਰ ਕਰਨ ਦਾ ਜਿਹਦੇ ਕਾਰਨ ਮੇਰਾ ਪਿੱਠ ਤੇ ਬਹੁਤ ਵੱਡਾ ਜ਼ਖਮ ਹੋ ਗਿਆ ਜੀ ਅਡੀਆਂ ਸਲਾ ਪੈਣ ਦੀ ਸਲਾ ਜ਼ਖਮ ਹੋ ਗਏ ਤੇ ਇੱਕ ਗੱਲ ਚ ਪੈਪ ਲੱਗੀ ਸੀ ਇੱਕ ਨੱਕ ਚ ਪੈਪ ਹੋ ਜਾਣਗੇ ਹਾਲਾਤ ਬੜੇ ਮਾੜੇ ਉਸ ਟਾਈਮ ਹੰਡਾਏ ਜੀ ਤੇ ਉਹ ਸਾਰਾ ਦੇਖਦੇ ਇਹਨਾਂ ਨੇ ਫੈਸਲਾ ਕੀਤਾ ਇੱਥੇ ਕਲੰਬੀਆ ਕਲੰਬੀਆ ਤੋਂ ਇੱਥੇ ਆਉਣ ਦਾ ਤੇ ਉਹ ਟਾਈਮ ਜਦੋਂ ਇਹਨਾਂ ਨੇ ਮੈਨੂੰ ਫੈਸਲਾ ਕੀਤਾ ਜੀ ਇਹਨਾਂ ਦਾ ਬਾਹਰ ਹੀ ਨਹੀਂ 4 ਮਹੀਨੇ ਲੱਗੇ ਇਹਨਾਂ ਨੂੰ ਵੀਜ਼ਾ ਲੈਣ ਵਾਸਤੇ ਉੱਥੇ ਉਹ ਵੀਜ਼ਾ ਇਹਨਾਂ ਨੂੰ ਸਪੈਸ਼ਲ ਪਰਮਿਸ਼ਨ ਲੈਣੀ ਪਈ ਕਿਉਂਕਿ ਉਸ ਟਾਈਮ ਚੱਲਦਾ ਸੀ ਕੋਰੋਨਾ ਵਾਇਰਸ ਸੀ ਤੇ ਉਹ ਨਹੀਂ ਸਾਰੀ ਪਰਮਿਸ਼ਨ ਲੈ ਕੇ ਆਨਲਾਈਨ ਉੱਥੇ ਉਹ ਵੀਜ਼ਾ ਅਪਲਾਈ ਕੀਤਾ ਇਹਨਾਂ ਨੂੰ ਉੱਥੇ ਮਤਲਬ ਪੰਜ ਮਾਰਚ ਨੂੰ ਐਕਸੀਡੈਂਟ ਹੋਇਆ ਜੀ ਇਹਨਾਂ ਨੂੰ ਉੱਥੇ ਕਟੋੜਾ ਅਥਾ ਜੂਨ ਮਹੀਨੇ ਚ ਆਇਆ ਜੀ ਮੇਰੇ ਕੋਲ 24 ਜੂਨ ਨੂੰ ਇੱਥੇ ਮੇਰੇ ਕੋਲ ਇਹਨਾਂ ਨੂੰ ਵੀਜ਼ਾ ਜਦੋਂ ਇਹਨਾਂ ਦੇ ਪਰਿਵਾਰ ਨੂੰ ਪਤਾ ਸੀ ਵੀ ਇਹਦਾ ਵਿਆਹ ਹੋਇਆ ਤੁਹਾਡੇ ਨਾਲ ਇੱਥੇ ਉਹਨਾਂ ਨੇ ਫਿਰ ਇਜਾਜ਼ਤ ਦਿੱਤੀ ਹਾਂਜੀ ਇਹਦੇ ਪਰਿਵਾਰ ਨੂੰ ਸਾਰਿਆਂ ਨੂੰ ਦੱਸਦਾ ਜੀ ਵੀ ਮੇਰੀ ਜਿਹੜੀ ਮੈਰਿਜ ਹੋਈ ਆ ਵੀ ਹਰਪਾਲ ਨਾਲ ਐਕਸੀਡੈਂਟ ਹੋ ਗਿਆ ਜੀ ਇਹ ਫਿਕਰ ਨਾ ਕਰੋ ਕੋਈ ਗੱਲ ਨਹੀਂ ਇਹਨਾਂ ਨੇ ਫੈਸਲਾ ਦੱਸਿਆ ਵੀ ਮੈਂ ਉਹਦੀ ਜਾ ਕੇ ਵੀ ਕੇਅਰ ਕਰਨੀ ਵੀ ਉਹ ਉਹਦੇ ਹਾਲਾਤ ਜਿਹੜੇ ਬੜੇ ਮਾਰੇ ਆ ਵੀ ਮੈਂ ਉਹਨਾਂ ਨੂੰ ਐਦਾਂ ਨਹੀਂ ਦੇਖ ਸਕਦੀ ਨਹੀਂ ਛੱਡ ਸਕਦੀ ਵੀ ਇਹੇ ਜਿਹੇ ਹਾਲਾਤਾਂ ਚ ਵੀ ਮੈਂ ਮੈਨੂੰ ਉਹਦੀ ਉਹਦਾ ਪਰਿਵਾਰ ਵੀ ਕੇਅਰ ਕਰ ਰਿਹਾ ਪਰ ਹਾਲਾਤ ਉਹਦੇ ਬੜੇ ਮਾਰੇ ਹਨ ਤੇ ਇਹਨੇ ਪਰਿਵਾਰ ਨੇ ਵੀ ਉਹਨਾਂ ਦਾ ਬੜਾ ਸਾਥ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਵੀ ਤੁਸੀਂ ਧਿਆਨ ਨਾ ਜਾਇਓ ਕਿਉਂਕਿ ਕੋਰੋਨਾ ਵਾਇਰਸ ਚੱਲਦਾ ਸੀ ਉਸ ਟਾਈਮ ਹਰੇਕ ਦੇਸ਼ ਚ ਵੀ ਇਹਨਾਂ ਨੂੰ ਡਰ ਸੀ ਵੀ ਹੁਣ ਇੱਕ ਆਮ ਮਤਲਬ ਲੇਡੀ ਵਾਸਤੇ ਇੱਥੋਂ ਕਿਤੇ ਮਤਲਬ ਨੋਰਮਲ ਜਾਣਾ ਹੋਵੇ ਤਾਂ ਵੀ ਡਰ ਲੱਗਦਾ ਜੀ ਹੁਣ ਦੇ ਨਾ ਹਿੰਦੀ ਨਾ ਪੰਜਾਬੀ ਨਾ ਇੰਗਲਿਸ਼ ਤੇ ਉਸ ਟਾਈਮ ਚੱਲਦਾ ਕਰੋਨਾ ਵਾਇਰਸ ਆਪਣੀ ਨਹੀਂ ਆਪਣੀ ਮੰਨ ਲਓ ਸਿਹਤ ਦੀ ਫੇਰ ਨਾ ਕਰਦੇ ਨੇ ਇੱਥੇ ਫਿਰ ਵੀ ਨਹੀਂ ਫੈਸਲਾ ਕੀਤਾ ਮੇਰੇ ਕੋਲ ਆਣ ਦਾ ਜਦੋਂ ਇਹ ਇੱਥੇ ਆਉਂਦੇ ਆ ਫਿਰ ਕਦੋਂ ਕਿਵੇਂ ਆਉਂਦੇ ਆ ਕਦੋਂ ਪਹੁੰਚਦੇ ਆ 24 ਜੂਨ ਨੂੰ ਇਹਨਾਂ ਨੂੰ ਇੱਥੇ ਦਿੱਲੀ ਏਅਰਪੋਰਟ ਤੇ ਮੰਨ ਲਓ ਆ ਕੇ ਜਾਂਦੇ ਇਹ ਨਹੀਂ ਇੱਥੇ ਗੱਡੀ ਕਰਾ ਕੇ ਏਅਰਪੋਰਟ ਤੋਂ ਪਿੰਡ ਮੇਰੀ ਇੱਥੋਂ ਪਿੰਡੋਂ ਇੱਥੇ ਚੰਡੀਗੜ੍ਹ ਮੇਰੀ ਭੈਣਾਂ ਦੀ ਇੱਕ ਜੋ ਨਾਲ ਆ ਕੇ ਉਹ ਇਹਨਾਂ ਨੂੰ ਪਿੰਡ ਲੈ ਕੇ ਆਏ ਜੀ ਤੇ ਹੋਰ ਵੀ ਨਹੀਂ ਮੰਨ ਲਓ ਵੀਜ਼ਾ ਲੈਣ ਵਾਸਤੇ ਵੀ ਇਹਨਾਂ ਦੇ ਇੱਥੇ ਅ ਦਿੱਲੀ ਇੱਥੇ ਇਹਨਾਂ ਦੀ ਦੋ ਸਹੇਲੀਆਂ ਜੀ ਆਨਲਾਈਨ ਉਹ ਫੇਸਬੁੱਕ ਤੇ ਇਹਨਾਂ ਨਾਲ ਗੱਲ ਹੋਈ ਉਹਨਾਂ ਨੇ ਇਹਨਾਂ ਦੀ ਕਾਫੀ ਮਦਦ ਕੀਤੀ ਇਹਨਾਂ ਦੇ ਦੇਸ਼ ਦੀਆਂ ਉਹ ਕੋਲੰਬੀਆ ਤੋਂ ਤੇ ਸਾਨੀ ਇਹਨਾਂ ਦੇ ਜਿਹੜੇ ਜਿਹੜੀਆਂ ਨੇ ਸਹੇਲੀਆਂ ਧੀਆਂ ਜਦੋਂ ਜੀ ਆਉਂਦੇ ਆ ਪਹਿਲੀ ਵਾਰ ਤੁਹਾਡੇ ਕੋਲੇ ਆਉਂਦੇ ਆ ਤਾਂ ਉਸ ਵੇਲੇ ਉਹ ਮੁਲਾਕਾਤ ਕਿੱਦਾਂ ਦੀ ਸੀ ਉਹ ਰਿਐਕਸ਼ਨ ਕੀ ਸੀ ਤੁਹਾਡਾ ਤੇ ਇਹਨਾਂ ਦਾ ਮੁਲਾਕਾਤ ਭਾਜੀ ਉਸ ਟਾਈਮ ਜਦੋਂ ਆਏ ਆ ਜੀ ਹਾਲਾਤ ਤਾਂ ਮੇਰੇ ਬੜੇ ਖਰਾਬ ਸਨ ਤੇ ਮੈਨੂੰ ਤੇ ਚਲੋ ਬੋਲ ਵੀ ਨਾ ਹੋਇਆ ਤੇ ਮੈਨੂੰ ਵੀ ਨਾਲ ਮੈਨੂੰ ਵੀ ਆਪਣਾ ਨੂੰ ਕਾਫੀ ਲੱਗਿਆ ਵੀ ਜਿਹੜਾ ਮਤਲਬ ਇਨਸਾਨ ਮੈਂ ਪਹਿਲਾਂ ਜਦੋਂ ਠ ਲਾਸਟ ਵੇਲੇ ਜਾਨ ਨੂੰ ਦੇਖਿਆ ਜਦੋਂ 에어ਪੋਰਟ ਤੇ ਮੈਨੂੰ ਛੱਡ ਕੇ ਆਇਆ ਉਸ ਟਾਈਮ ਤੇ ਉਹ ਦੂਜਾ ਸਾਹਮਾ ਜਦੋਂ ਅੱਜ ਮੈਨੂੰ ਇਹ ਲੱਤਾਂ ਦੇਖਣਾ ਮੈਨੂੰ ਵੀ ਉਸ ਟਾਈਮ ਕਾਫੀ ਮਨ ਲੋ ਮਨ ਖਰਾਬ ਹੋਇਆ ਰੋਣਾ ਵੀ ਕਾਫੀ ਆਇਆ ਵੀ ਚਲੋ ਮੈਂ ਅੱਜ ਕਿਹੜੇ ਲੱਤਾਂ 'ਚ ਮੈਂ ਪੈ ਗਿਆ ਤੇ ਜਿਹੜਾ ਜੀਵਨ ਸਾਥੀ ਚਲੋ ਜਿਹੜੇ ਸੁਪਨੇ ਮੈਂ ਸੰਜਾਈ ਸਨ ਤੇ ਉਹ ਇਹ ਲੱਤਾਂ ਜਿਹੋਨਾਂ ਨੂੰ ਵੀ ਆ ਕੇ ਜੀਉਣਾ ਪੈਣਾ ਕਿਉਂਕਿ ਸੁਪਨੇ ਸਾਡੇ ਇਹੀ ਤੇ ਵੀ ਬਾਹਰ ਜਾ ਕੇ ਮੈਂ ਚਲੋ ਆਪਣੀ ਜੀਵਨ ਦੀ ਜਿੰਦਗੀ ਨੇ ਬਣਾਈ ਇਹਨਾਂ ਨਾਲ ਤੇ ਇੱਕ ਹਰਪਾਲ ਜਿੱਦਾਂ ਇੱਥੇ ਤਾਂ ਅੱਜਕੱਲ ਅਸੀਂ ਦੇਖਦੇ ਆਂ ਖਬਰਾਂ ਰੋਜ਼ ਆਉਂ ਕੁੜੀਆਂ ਵਿਆਹ ਕਰਾਉਂਦੀਆਂ ਕਈ ਪੈਸੇ 30-30 ਲੱਖ ਰੁਪਈਆ ਲੈ ਕੇ ਜਾ ਕੇ ਵੀ ਆਈ ਫੋਨ ਨਹੀਂ ਕਰਦੀਆਂ ਮੁੰਡਿਆਂ ਨੂੰ ਭੁੱਲ ਜਾਂਦੀਆਂ ਮੁੰਡੇ ਵੀ ਕੀ ਇਦਾਂ ਹੀ ਕਰਦੇ ਆ ਹਾਂਜੀ ਹਾਂਜੀ ਰਿਸ਼ਤੇ ਜਿਹੜੇ ਆ ਉਹ ਸਿਰਫ ਮਤਲਬ ਜਿਹੇ ਤੇ ਰਹਿ ਗਏ ਜਦੋਂ ਇਹ ਚਲੇ ਗਏ ਸੀ ਵਾਪਸ ਉਦੋਂ ਵੀ ਕਦੇ-ਕਦੇ ਮਨ ਤਾਂ ਧੜਕਦਾ ਹਣਾ ਵੀ ਯਾਰ ਗੋਰੀ ਆਈ ਵਿਆਹ ਕਰਾ ਕੇ ਚਲੀ ਗਈ ਕਿਸੇ ਨੂੰ ਪਤਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਪਤਾ ਨਹੀਂ ਸੱਧੂ ਨਹੀਂ ਸੱਧੂ ਤੇ ਜਦੋਂ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਮੰਜੇ ਤੇ ਪੈ ਗਏ ਤੁਹਾਨੂੰ ਲੱਗਦਾ ਸੀ ਕਿ ਆ ਮੰਜੇ ਤੇ ਪਏ ਮੁੰਡੇ ਨੂੰ ਇਹ ਗੋਰੀ ਆ ਕੇ ਦੁਬਾਰਾ ਮਿਲ ਲਾਊਗੀ ਅਕਸੈਪਟ ਕਰੂਗੀ ਕਦੇ ਵੈਸੇ ਉਹ ਤੋਂ ਐਂ ਵੀ ਲੱਗਿਆ ਸੀ ਕਿ ਯਾਰ ਹੁਣ ਤਾਂ ਗੱਲ ਨਿਬੜ ਗਈ ਇਹਨੇ ਕੀ ਕਰੋਣਾ ਮੈਂ ਤਾਂ ਮੰਜੇ ਤੇ ਪੈ ਗਿਆ ਮੰਜੇ ਤੇ ਬਿਲਕੁਲ ਜੀ ਨਹੀਂ ਮੈਂ ਵੈਸੇ ਇਹਨਾਂ ਨੂੰ ਜਦੋਂ ਐਕਸੀਡੈਂਟ ਮੇਰਾ ਹੋਇਆ ਨਾ ਜੀ ਤੇ ਜਦੋਂ ਉਸ ਟਾਈਮ ਮੇਰੇ ਗੱਲ ਤੇ ਪੈਪ ਲੱਗੀ ਸੀ ਇਹਨਾਂ ਨੂੰ ਮੈਸੇਜ ਕੀਤਾ ਮੈਂ ਮੈਂ ਭਾਬੀ ਨੂੰ ਮੈਂ ਕਿਹਾ ਕਿ ਇੱਥੇ ਕਿਸ ਨੂੰ ਸਪੈਨਿਸ਼ ਪਤਾ ਨਹੀਂ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਜਦੋਂ ਮੈਂ ਮਤਲਬ ਹੋਸ਼ ਮੈਂ ਪਿੰਡ ਗਿਆ ਮੈਂ ਪਿੰਡ ਇਹਨਾਂ ਨੂੰ ਮੈਸੇਜ ਕੀਤਾ ਇੱਕ ਵਾਰੀ ਮੈਂ ਬੜ ਸਕਦੇ ਭਾਬੀ ਨੂੰ ਕਿਹਾ ਵੀ ਐਦਾਂ ਇੱਕ ਇੱਕ ਵੇ ਤੁਸੀਂ ਮੈਸੇਜ ਕਰੋ ਮੈਂ ਮੈਸੇਜ ਨੂੰ ਲਿਖਿਆ ਸੀ ਵੀ ਤੁਸੀਂ ਮੇਰੀ ਫਿਕਰ ਨਾ ਕਰੋ ਕਿ ਮੈਂ ਤਾਂ ਹੁਣ ਸਾਰੀ ਉਮਰ ਨੂੰ ਫਟੜ ਹੋ ਗਿਆ ਸ਼ਾਇਦ ਮੈਂ ਇਹ ਮੰਝੇ ਤੇ ਮੈਂ ਨਾ ਖੜਾ ਹੋਵਾਂ ਜਾਂ ਮੈਂ ਸ਼ਾਇਦ ਮੇਰੀ ਮੌਤੇ ਹੋ ਜਾਵੇ ਵੀ ਤੁਸੀਂ ਆਪਣੀ ਜ਼ਿੰਦਗੀ ਖਤਰੇ ਨਾ ਪਾਓ ਵੀ ਇੱਥੇ ਨਾ ਆਓ ਤੁਸੀਂ ਤੁਹਾਡੀ ਜ਼ਿੰਦਗੀ ਬਹੁਤ ਵੱਡੀ ਹੈ ਜਾਂ ਪਈ ਹੈ ਤੁਸੀਂ ਕੋ ਤੁਹਾਡੇ ਕੋਲ ਹੋਰ অপਸ਼ਨਾਂ ਬਹੁਤ ਹੈ ਵੀ ਤੁਸੀਂ ਹੋਰ ਕਿਸੇ ਨੂੰ ਚੂਜ਼ ਕਰ ਲਓ ਵੀ ਮੈਂ ਤਾਂ ਹੁਣ ਮੇਰੀ ਜ਼ਿੰਦਗੀ ਖਤਮ ਹੈ ਪਰ ਇਹ ਨਹੀਂ 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 ਮੈਨੂੰ ਉੱਥੇ ਕਾਫੀ ਮਤਲਬ ਗੁੱਸਾ ਕੀ ਤੇ ਚੀਜ਼ ਦਾ ਵੀ ਮੈਂ ਤੁਸੀਂ ਇਹ ਗੱਲ ਕਿੱਦਾਂ ਕਹੀ ਵੀ ਜਿਵੇਂ ਅਸੀਂ ਮਤਲਬ ਪਹਿਲਾਂ ਤੇ ਜਦੋਂ ਮੈਂ ਤੁਹਾਨੂੰ ਛੱਡ ਕੇ ਕਹੀ ਐ ਤੇ ਵਿਆਹ ਤੇ ਬਾਅ ਜਿਹੜੇ ਸੁਪਨੇ ਸੀ ਸਿਆਏ ਹੈ ਵੀ ਉਹ ਸੁਪਨੇ ਅਸੀਂ ਪੂਰੇ ਕਰਨੇ ਕੋਈ ਗੱਲ ਜੀ ਰੱਬ ਨਾਲ ਈਮਾਰ ਪਾਤੀ ਤੇ ਤੁਹਾਡੇ ਨਾਲ ਇਹ ਹੋ ਗਿਆ ਕਹਿੰਦੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਡਾ ਵਿਆਹ ਹੋਇਆ ਹੈ ਵੀ ਅਸੀਂ ਮੈਤਰੇ ਨਾਲੇ ਖਾਣਾ ਵੀ ਤੁਸੀਂ ਇਹ ਕਦੇ ਗੱਲ ਨਹੀਂ ਕਹਿਣੀ ਮਨ ਚ ਕਦੇ ਵੀ ਮੈਨੂੰ ਗੁੱਸਾ ਬਹੁ ਲੱਗਿਆ ਅਸੀਂ ਤਾਂ ਕਹਿੰਦੇ ਆ ਕਿ ਸਾਡੇ ਜੀ ਗੁਰੂ ਗ੍ਰੰਥ ਸਾਹਿਬ ਮੁਰੇ ਫੇਰੇ ਲੈ ਲੇ ਲਾਵਾਂ ਲੈ ਲਈਆਂ ਆ ਮੰਦਰ ਚ ਉਲਾਵਾ ਹੋ ਗਈਆਂ ਜੀ ਅਸੀਂ ਬਹੁਤ ਧਾਰਮਿਕ ਪ੍ਰਵਿਰਤੀ ਦੇ ਆ ਅਸੀਂ ਰੱਬ ਨੂੰ ਬਹੁਤ ਮੰਨਦੇ ਆ ਰੱਬ ਤੋਂ ਡਰਦੇ ਆ ਇਹ ਗੋਰੇ ਤਾਂ ਇਹ ਤਾਂ ਇੱਕ ਵੱਖਰੀ ਨੇਚਰ ਦੇ ਇਹਨਾਂ ਨੂੰ ਫਰਕ ਨਹੀਂ ਪੈਂਦਾ ਕੱਲ ਵਿਆਹ ਕਰਾਉਂਦੇ ਅਗਲੇ ਦਿਨ ਛੱਡ ਦਿੰਦੇ ਆ ਇਹਨਾਂ ਦੇ ਵਿਆਹ ਉਹ ਤਾਂ ਮਖੌਲ ਹੈ ਸਾਡੇ ਇੱਥੇ ਇਦਾਂ ਦਾ ਪ੍ਰਚਾਰ ਹੁੰਦਾ ਸਾਡੇ ਵਾਲਿਆਂ ਨੂੰ ਅਸੀਂ ਬਹੁਤ ਏਕ ਕਲਾਸ ਰੱਖਦੇ ਆ ਤੇ ਇਹਨਾਂ ਦੇ ਅਸੀਂ ਕਿੰਨੇ ਕਿੰਨਾ ਤੇ ਰਿਸ਼ਤੇ ਵਿੱਚ ਕੋਈ ਮਾਇਨੇ ਨਹੀਂ ਰੱਖਦੇ ਕਿ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਵਿਆਹ ਕਹਿੰਦੇ ਤੁਰੇ ਜਾਂਦੇ ਬਦਲ ਲੈਂਦੇ ਆ ਤੇ ਇਸ ਰਿਸ਼ਤੇ ਨੂੰ ਜਦੋਂ ਤੁਸੀਂ ਆਪਣੇ ਵਾਲਿਆਂ ਦੇ ਕੰਪੇਅਰ ਕਰਦੇ ਹੋ ਤੁਸੀਂ ਇੱਥੋਂ ਦੇ ਵੀ ਹਾਲਾਤ ਵੇਖਿਓ ਨੇ ਜੁੜਿਆਂ ਦੇ ਮੜਾ ਜਾਂ ਕਿਸੇ ਨੂੰ ਉੱਚਾ ਬੋਲਿਆ ਜਾਵੇ ਕਦੇ ਮਾਂ ਹੀ ਉੱਚੀ ਬੋਲਦੇ ਸੱਸ ਜਾਂ ਮੁੰਡਾ ਹੀ ਉੱਚੀ ਬੋਲਦੇ ਤਾਂ ਮੈਨੂੰ ਲੱਗਦਾ ਹੈ ਕਿ ਤਲਾਕ ਹੋਣ ਲੱਗਿਆ ਚਿਰ ਨਹੀਂ ਲੱਗਦਾ ਹਾਂਜੀ ਹਾਂਜੀ ਇਦਾਂ ਬੜੀ ਇੱਥਾ ਚਲੋ ਤੁਸੀਂ ਆਮ ਦੇਜ ਦਾ ਗੱਲਾਂ ਦੇਖਦੇ ਆਂ ਵੀ ਬਾਹਰ ਦੇ ਲੋਕ ਚੰਗੇ ਨਹੀਂ ਆ ਵੀ ਉੱਥੇ ਇਦਾਂ ਹੋ ਜਾਂਦਾ ਜੀ ਇਦਾਂ ਹੋ ਜਾਂਦਾ ਚਲੋ ਇੱਥੇ ਵੀ ਸਾਡਾ ਵੀ ਹੈ ਇਹ ਚੀਜ਼ ਪਰ ਤੁਹਾਡੇ ਸਾਹਮਣੇ ਦੇਖ ਲਓ ਜੀ ਮੈਨੂੰ ਇਦਾਂ ਆਪਾਂ ਮੈਚ ਕਰਾਈ ਜੋ ਵੇਸ਼ ਚੋੜੀ ਚੋਵੇ ਮੇਰੇ ਸਾਡੀ ਹੋਈ ਹੈ ਤੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਅਗਲੀ ਨਾਲ ਖੜੀ ਹੈ ਜੀ ਤੇ ਜਦੋਂ ਪਹਿਲੀ ਵਾਰ ਨਾਲੇ ਮਰੀ ਪੈਸੇ ਪੱਖੋਂ ਵੀ ਹਮਦਰਦੀ ਕੀਤੀ ਹੈ ਜੀ ਆਹ ਕੁਰਸੀ ਆ ਮੇਰਾ ਜਿਹੜਾ ਬੈੱਡ ਹੈ ਜੀ ਤੇ ਜਿਹੜੀ ਮੇਰੀ ਮਸ਼ੀਨ ਹੈ ਬਾਹਰ ਉਹ ਵੀ ਇਹਨਾਂ ਨੇ ਆਪਣੇ ਪੈਸੇ ਨਾਲ ਮਤਲਬ ਖਰਚ ਕਰਕੇ ਉਹ ਮੇਰਾ ਸਾਥ ਦਿੱਤਾ ਉਸ ਟਾਈਮ ਤੇ ਇਹਨੇ ਮਾਰੇ ਸਮਝ ਮਤਲਬ ਨਾਲ ਖੜਕੇ ਵੀ ਜਿਹੜਾ ਸਾਥ ਦੇਣਾ ਇਹ ਬਹੁਤ ਵੱਡੀ ਮਸਾਲਾ ਹੈ ਜੀ ਅੱਜਕਾ ਵਾਸਤੇ ਵੀ ਬਾਕੀ ਮੇਨ ਗੱਲ ਭਾਜੀ ਜਿਹੜਾ ਪਿਆਰ ਚਾਹ ਜਾਂ ਮਨ ਲੋ ਜਿਹੜਾ ਜਿਹੜੀ ਵਿਆਹ ਹੈ ਇਹਦਾ ਇਹ ਹੀ ਹੈ ਜੀ ਭਾਜੀ ਮੇਨ ਜਿੱਦਾਂ ਜਿਹੜੇ ਸੁਪਨੇ ਇੱਕ ਜਦੋਂ ਆਮ ਇਨਸਾਨ ਕੋਈ ਵੀ ਹੈ ਭਈ ਜਿੱਦਾਂ ਇਹਦਾ ਜਿਹੜੀ ਪਰਿਵਾਰ ਦੀ ਜਿਹੜੀ ਪਰਵਾਸਾ ਹੈ ਉਹੀ ਹੈ ਵੀ ਦੁੱਖ ਸੁੱਖ ਚ ਬੰਦਾ ਸਾਥ ਹੋਣਾ ਚ ਚਾਹੇ ਉਹ ਲੜਕੀ ਹੈ ਚਾਹੇ ਲੜਕਾ ਹੈ ਅੱਛਾ ਜੇ ਐ ਨਹੀਂ ਤਾਂ ਤੇ ਇੱਥੇ ਕੋਈ ਵਿਆਹ ਹੋਇਆ ਹੁੰਦਾ ਤਾਂ ਉਹ ਤੁਹਾਨੂੰ ਲੱਗਦਾ ਵੀ ਐ ਤੁਹਾਡੇ ਨਾਲ ਕਰਦੀ ਜਿੱਦਾਂ ਦੇ ਹਾਲਾਤ ਆ ਨਹੀਂ ਨਹੀਂ ਭਾਜੀ ਉਹ ਤਾਂ ਮੰਨ ਲਓ ਐਕਸੀਡੈਂਟ ਤੇ ਮੰਨ ਲਓ 23 ਦਿਨ ਬਾਅਦ ਹੈ ਪਰਿਵਾਰ ਦੇ ਮੈਂਬਰ ਕਹਿੰਦੇ ਜੀ ਵੀ ਹੁਣ ਤਾਂ ਇਹਦੇ ਮੁੰਡੇ ਤੇ ਕਰ ਲੈਣਾ ਹੁਣ ਤਾਂ ਇਹ ਸਾਰੀ ਮਨ ਫੱਟੜ ਬਣ ਗਿਆ ਵੀ ਤੁਸੀਂ ਮੁੰਡਾ ਲੱਭ ਕੇ ਕੋਈ ਹੋੜੀ ਦਾ ਵਿਆਹ ਕਰਾਓ ਕੁੜੀ ਦਾ ਤੁਹਾਨੂੰ ਪਤਾ ਹੈ ਜੀ ਆਮ ਸਾਡਾ ਸਾ ਪੰਜਾਬ ਚ ਪਰ ਇਹਨਾਂ ਇਹਨਾਂ ਦੀ ਮੰਨ ਲਓ ਜਿਹੜੀ ਸਿਫਤ ਹੈ ਜੀ ਇੱਕ ਬਹੁਤ ਵੱਡੀ ਜਦੋਂ ਜਦੋਂ ਮੇਰਾ ਐਕਸੀਡੈਂਟ ਹੋਇਆ ਜੀ ਕਦੇ ਨਹੀਂ ਮੱਥੇ ਵੱਟ ਨਹੀਂ ਪਾਇਆ ਨਾ ਕਦੇ ਮ ਪਹਿਲਾਂ ਤੁਸੀਂ ਕਿਦਾਂ ਦੇ ਹੋਣ ਤੂੰ ਅਲਵਾ ਜਦਾਂ ਇੱਕ ਪਾਹੀ ਬਣ ਕੇ ਬੈਠ ਗਿਆ ਸਾਰੀ ਉਮਰ ਨੂੰ ਤੇ ਇਹ ਨਹੀਂ ਕਦੇ ਮੈਨੂੰ ਇਸ ਚੀਜ਼ ਨੂੰ ਕਦੇ ਮੈਨਾਂ ਨਹੀਂ ਮਾਰਿਆ ਤੇ ਉਹੀ ਸੀਨ ਮੈਨੂੰ ਕਾਫੀ ਜਿਹੜੀ ਪੋਜ਼ਿਟਿਵਿਟੀ ਮਿਲਦੀ ਮੈਨੂੰ ਇਸ ਚੀਜ਼ ਨਾਲ ਤੇ ਹਿੰਮਤ ਵੀ ਬਹੁਤ ਆ ਮੈਨੂੰ ਜਿਹਦੇ ਕਰਾਂ ਤੁਸੀਂ ਮੈਨੂੰ ਅੱਜ ਬੈਠ ਕੇ ਬੈਠਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਮਤਲਬ ਜਿਹੜੀ ਅੱਗੇ ਨਾਲ ਜਿਹੜੀ ਰਿਕਵਰੀ ਮੇਰੀ ਹੋ ਰਹੀ ਹੈ ਜੀ ਹਰਪਾਲ ਸਪੈਨਿਸ਼ ਸਾਨੂੰ ਤਾਂ ਪਈ ਆਉਂਦੀ ਨਹੀਂ ਤੁਸੀਂ ਸਪੈਨਿਸ਼ ਚ ਇਹਨਾਂ ਤੋਂ ਪੁੱਛੋ ਕਿ ਇਸ ਵੇਲੇ Él está preguntando que para, para ti ahorita llevar esta situación conmigo, ¿sí? ¿cuánto era lo difícil? ¿Cuál, ¿Cuál sacrificio que tú estás haciendo diario conmigo para seguir adelante a los dos? Muy difícil, es muy duro, pero lo más duro es estar lejos de, de mi país, lejos de mi, de mi idioma. ਈ ਐ ਕਲੀਮਾ ਕਾ ਐ ਕਲੀਮਾ ਇਨ ਇੰਡੀਆ ਪਰ ਮਿਸ ਟਰੇਬਲ ਐਨੀ ਇੰਦੀ ਗੱਲ ਤੁਸੀਂ ਸਮਝਗੇ ਹੋਵੋਗੇ ਸਾਨੂੰ ਤਾਂ ਸਿਰਫ ਮੂੰਹ ਹਿਲਦਾ ਤੇ ਬਸ ਬਾਤ ਜੀ ਸੁਣਦੀ ਆ ਕੀ ਕਿਹਾ ਇਹਨਾਂ ਨੇ ਉਹ ਕਹਿੰਦੇ ਜਿੱਦਾਂ ਵੀ ਹੈ ਤਾਂ ਬਹੁਤ ਮੁਸ਼ਕਲ ਹੈ ਜੀ ਬਹੁਤ ਹਾਰਡ ਹੈ ਇਹ ਇਸ ਚੀਜ਼ ਚ ਸਰਵਾਈਵ ਕਰਨਾ ਵੀ ਤੇਰੇ ਵੱਸ ਵੀ ਤੇ ਮੇਰੇ ਵੱਸ ਵੀ ਪਰ ਜ਼ਿਆਦਾ ਮੈਂ ਕਹਿੰਦੀ ਮੈਨ ਦਿੱਕਦਾ ਇੱਥੇ ਜਦੋਂ ਵੀ ਮੈਂ ਆਪਣੇ ਦੇਸ਼ ਤੋਂ ਬਹੁਤ ਦੂਰ ਹੈ ਦੂਜੀ ਗੱਲ ਕਹਿੰਦੇ ਇੱਥੇ ਤਾਂ ਜਿਹੜੀ ਸਾਡੀ ਭਾਸ਼ਾ ਵੀ ਮੈਂ ਮੰਨ ਲਓ ਦੇਖੋ ਹੁਣ ਸਾਰੇ ਤੁਸੀਂ ਪੰਜਾਬੀ ਗੱਲ ਕਰਦੇ ਤੁਸੀਂ ਸਾਨੂੰ ਸਮਝ ਨਹੀਂ ਦੇ ਇੱਕ ਦੂਜੇ ਮੈਂ ਵੀ ਮੰਨ ਲਓ ਇੱਥੇ ਇੱਕ ਬੜੀ ਅਲੱਗ ਦਾ ਕਰੀਮ ਆਪਣੇ ਨੂੰ ਕੀ ਸਾਡੇ ਲੋਕ ਨਹੀਂ ਆ ਮੇਰੀ ਭਾਸ਼ਾ ਨਹੀਂ ਆ ਥੋੜੇ ਇਹ ਚੀਜ਼ ਨੂੰ ਕਹਿੰਦੇ ਕਾਫੀ ਮੈਂ ਮਿਸ ਕਰਦੀ ਆ ਜਾਂ ਜਿਹੜੀ ਸਾਡੇ ਅਸਲ ਜਿਹੜੀ ਮੰਨ ਲਓ ਬੜਾ ਮੌਸਮ ਹੈ ਕਿ ਸਾਡੇ ਠੰਡ ਠੰਡ ਵੀ ਜਿਆਦਾ ਹੁੰਦੀ ਤੇ ਗਰਮੀ ਬਹੁਤ ਜਿਆਦਾ ਹੁੰਦੀ ਤੇ ਇਹਨਾਂ ਦੇ ਵਿਚ ਉੱਥੇ ਜਿਹੜੀ ਬੜਾ ਮੌਸਮਾ ਪੂਰਾ ਟੈਂਪਰੇਚਰ ਨੋਰਮਲ ਰਹਿੰਦਾ ਜੀ ਤੇ ਉਹ ਚੀਜ਼ ਨੂੰ ਕਾਫੀ ਮਿਸ ਕਰਦੀ ਬਾਕੀ ਜਿਹੜੇ ਹਾਲਾਤ ਆ ਚਲੋ ਜਿੱਦਾਂ ਜਿਹੜੇ ਜਿੱਦਾਂ ਇੱਥੇ ਜਿਵੇਂ ਮੰਨ ਲਓ ਇੱਥੇ ਚਾਹੇ ਬਾਹਰ ਮਾਂ ਮੈਂ ਕਿਤੇ ਵੀ ਉਹ ਤਾਂ ਕਹਿੰਦੇ ਕੋਈ ਨਹੀਂ ਸਰਵਾਈਵਰ ਸੀ ਸਰਵਾਈਵਰ ਅਸੀਂ ਇਕੱਠੇ ਕਰਾਂਗੇ ਇੱਕ ਵ Todo está que tu adrenal eh, survive, tu adiós condición de uh, tiempo, mm -hmm. uh, la que está aquí tu adrenal, ni por de la tancha, y no te privarás de ella. Él está preguntando que tú vas uh, consciente de eso, que como mi uh, recuperación ya va a quedar lenta, ¿sí? Mm -hmm. que ¿Cuánto tiempo yo va a quedar, tú tenías consciente de eso, que va a quedar conmigo hasta el final, Ay, entonces, o me va a dejar no, toda la vida, <laughs> toda la vida, vamos a estar juntos, siempre. ਉਹ ਕਹਿੰਦੇ ਵੀ ਕੋਈ ਗੱਲ ਨਹੀਂ ਐ ਬਈ ਖੜੇ ਮੱਥੇ ਐ ਬਈ ਸਾਰੀ ਜ਼ਿੰਦਗੀ ਅਸੀਂ ਇਕੱਠੇ ਰਹਿਮਗੇ ਕੋਈ ਗੱਲ ਨਹੀਂ ਜਿੱਦਾਂ ਅਸੀਂ ਚੰਗੇ ਚੰਗੇ ਟਾਈਮਸ ਤੇ ਹੁਣ ਇਹੀ ਇੱਚ ਵੀ ਅਸੀਂ ਇਕੱਠੇ ਰਹਿਮਗੇ ਕੋਈ ਗੱਲ ਨਹੀਂ ਅੱਛਾ ਤੁਹਾਡੇ ਲਈ ਪਿਆਰ ਦੇ ਵਿੱਚ ਉਸ ਟਾਈਮ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਬਾਰੇ ਕੀ ਇਹਨਾਂ ਦੇ ਮਨ ਦੇ ਵਿੱਚ ਫੀਲ ਕੀ ਆ ਰਿਹਾ ਅਰਦਾਸ ਸਾਬ ਨੂੰ ਤਾਂ ਦੋ ਕਿ ਕੀ ਲੋਕ ਸਿਆੰਤ ਤੂੰ ਅੜੀਤਾ ਆ ਕੌਨ ਮੈਸਰਮੋਰ ਯੋ ਮੈ ਸੈਂਟੋ ਫੇਲਿਸ ਇ ਕਿ ਲਾ ਜੈਂਤੇ ਸੈਂਤੇ ਕਿ ਤੋ ਉਹ ਲੋਕ ਕਿ ਅਸੀਂ ਦੋਵਾਂ ਨੇ ਕੀਤਾ ਦੋਵਾਂ ਲਈ ਦੋਵਾਂ ਲਈ ਬਹੁਤ ਔਖਾ ਸੀ ਪਰ ਕਿ ਅਸੀਂ ਸਾਰੇ ਇਕੱਠੇ ਹਾਂ ਉਹ ਕਹਿੰਦੇ ਵੀ ਕਾਫੀ ਮੈਂ ਖੁਸ਼ ਹਾਂ ਮੈਨੂੰ ਕੋਈ ਗਮ ਨਹੀਂ ਆਇਆ ਚਾਹੀਦਾ ਮਿੱਤਲ ਤੁਹਾਡਾ ਸਾਥ ਹੈ ਜਿਵੇਂ ਪਹਿਲਾਂ ਸੀ ਮੇਰੇ ਚਲੋ ਹੁਣ ਲਾ ਥੋੜੇ ਬਦਲ ਗਏ ਕੋਈ ਗੱਲ ਨਹੀਂ ਤੇ ਕਹਿੰਦੇ ਇਹ ਚੀਜ਼ ਹੈ ਵੀ ਲੋਕਾਂ ਨੂੰ ਇਹ ਨਾਲ ਇਹ ਚੀਜ਼ ਸਿੱਖਣਾ ਚਾਹੀਦਾ ਵੀ ਕੋਈ ਗੱਲ ਨਹੀਂ ਜਿਹੜੀ ਜਿੰਦਗੀ ਹੈ ਉਹ ਕੱਲੀ ਮਨ ਲੋ ਚੰਗੇ ਟਾਈਮ ਚ ਨਹੀਂ ਉਹ ਮਾੜੇ ਚ ਵੀ ਮਤਲਬ ਜਿੰਦਗੀ ਜਿਉਣੀ ਚਾਹੀਦੀ ਹੈ ਇੱਕ ਇਹਨੂੰ ਪੁੱਛੂ ਵੀ ਕਦੇ ਮਨ ਦੇ ਵਿੱਚ ਆਇਆ ਨਹੀਂ ਜਦੋਂ ਤੁਸੀਂ ਮੰਝੇ ਤੇ ਪੈ ਗਏ ਕਿ ਯਾਰ ਮੈਂ ਤਾਂ ਉੱਥੇ ਹੋਰ ਵਿਆਹ ਕਰਾ ਸਕਦੀ ਆ ਜਾਂ ਕੋਈ ਵੀ ਮਿਲ ਸਕਦਾ ਕਿ ਇਹਦੇ ਨਾਲ ਕਦੇ ਵੱਖ ਹੋਣ ਬਾਰੇ ਨਹੀਂ ਸੋਚਿਆ ਐਲ ਐਸ ਐਮ ਨੂੰ ਦੰਦੋ ਕਿ ਅਲਗੁਨਾ ਵੇ ਤੂੰ ਪੈਸਾ ਸਤੇ ਕੋ ਮੂੰ ਤੂੰ ਸਾਬੇ ਕਿ ਮੇਕ ਨਸ਼ਨ ਇਹਦਾ ਮੂਈ ਡਿਫੀਸੀ ਸੀ ਆ ਕੋਹੇ ਲੋ ਤਰਾ ਪਰਸੋਨਾ ਆ ਜਾ ਉਹ ਕਸਾਰ ਤੇ ਆ ਜਾ ਕੋ ਨਾਲ ਗਿੰਦੇ ਆ ਜਾ ਨੋ ਨੋ ਨੂੰ ਕੈਨੂੰ ਕੈਨੂੰ ਨੋ ਨੋ ਜੋ ਲੋ ਜੋ ਤੇ ਆ ਮੂਈ ਨੋ ਨੋ ਉਹ ਕਹਿੰਦੇ ਨੇ ਨਹੀਂ ਕਦੇ ਨਹੀਂ ਮੈਂ ਸੋਚਿਆ ਇਹ ਚੀਜ਼ ਵੀ ਮੈਂ ਤੁਹਾਨੂੰ ਪਿਆਰ ਕਰਦੀ ਆ ਇਹ ਕਦੇ ਪੋਸੀਬਲ ਨਹੀਂ ਹੋ ਸਕਦਾ ਵੀ ਮੈਂ ਇਹ ਸੋਚਾਂ ਜਾਂ ਮੈਂ ਕਰਾਂ ਤੇ ਇਹ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਦਿਨਾ ਚੁਣਗੇ ਜਿਹੜੀਆਂ ਸਾਡੀ ਅੱਜ ਦੀ ਜਨਰੇਸ਼ਨ ਹੈ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਇੱਥੇ ਮਾੜੀ ਜਿਹੀ ਭੀੜ ਪਈ ਨਹੀਂ ਸਸਰੀਕਾਲ ਜੀ ਪਰਿਵਾਰ ਵੀ ਕਹਿ ਦਿੰਦਾ ਕੋਈ ਗੱਲ ਨਹੀਂ ਵੀ ਰਿਸ਼ਤੇ ਤੈਨੂੰ ਬਥੇਰੇ ਆ ਬਿਲਕੁਲ ਨਹੀਂ ਚਲੋ ਭਾਜੀ ਉਹ ਤਾਂ ਸਾਡਾ ਕਲਚਰ ਹੈ ਇਹਨਾਂ ਦਾ ਕਲਚਰ ਹੈ ਕਿ ਇਹਨਾਂ ਦੀ ਸੰਸਕ੍ਰਿਤੀ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਇਦਾਂ ਦਾ ਮਾਹੌਲ ਹੈ ਸਮਝਣ ਦੀ ਕੋਸ਼ਿਸ਼ ਕਰੋ ਕਿ ਉੱਥੇ ਰਿਸ਼ਤਿਆਂ ਨੂੰ ਇਦਾਂ ਹੀ ਸਮਝਦੇ ਆ ਇਦਾਂ ਹੀ ਕਦਰ ਕਰਦੇ ਆ Él está preguntando que como allá en, en tu mundo en la relación de la pareja así como nosotros ¿es así la maneja ya casi todos o también hay hay casos así como acá que la deja la persona o la busca el otro? Sí, pero sí hay casos donde donde hay hay personas que dejan tanto hombres dejan a sus mujeres o mujeres dejan a los hombres pero es más bien poco común creo que cuando sucede algo así un accidente de esta forma o una cosa tan impactante como esta ਪਰ ਲੋ ਜਨਰਲ ਆ ਲਾ ਜੀ ਸਪੋਸੋ ਈ ਸੋਬ੍ਰੇਤੋ ਲਾ ਸਪੋਸਾ ਸੇ ਕਿਦਾ ਸੇ ਕਿਦਾਂ ਆ ਆਪੋਯਾਰ ਪਰ ਲੋ ਜਨਰਲ ਉਹ ਕਹਿੰਦੇ ਬਾਹਰ ਤਾਂ ਸਿਰਫ ਪੰਜ ਉਂਗਲੀਆਂ ਬਰਾਬਰ ਨਹੀਂ ਕਹਿੰਦੇ ਹੁੰਦੀਆਂ ਵੀ ਬਾਹਰ ਵੀ ਕੇਸ ਹੁੰਦੇ ਆ ਇਹ ਜੇ ਕਹਿੰਨੀ ਪਰ ਬੜਾ ਘੱਟ ਹੈ ਉੱਥੇ ਇਹ ਚੀਜ਼ ਐਦਾਂ ਜਦੋਂ ਲੋਕ ਵੀ ਕਿਸੇ ਚਾਹੇ ਲੜਕੀ ਦੇ ਜਾਂ ਲੜਕੇ ਦੇ ਕਿਸੇ ਮਾਰ ਪੈਂਦੀ ਨਾ ਇਹ ਜੀ ਰੱਬ ਦੀ ਜਾਂ ਕਿਸਮਤ ਦੀ ਵੀ ਉਹ ਛੱਡਦੇ ਨਹੀਂ ਹੈ ਬਿਸ਼ੱਕ ਦੇ ਉਦਾਂ ਚਲੋ ਦੋਨੇ ਚੰਗੇ ਆ ਕੋਈ ਮਨ ਲੋ ਕੋਈ ਦਿੱਕਤ ਆ ਜਾਂਦੀ ਹੈ ਜਾਂ ਕੋਈ ਇੱਕ ਦੂਜਾ ਕੋਈ ਗਲਤ ਇੰਟਰਰੈਪਸ਼ਨ ਹੋ ਜਾਂਦੀ ਜੀ ਉਹ ਚੀਜ਼ ਰੋ ਲੱਗ ਗਿਆ ਪਰ ਐਦਾ ਕੋਈ ਕਿਸੇ ਨਾਲ ਮਾੜਾ ਹਾਲਾਤ ਹੋ ਜਾਵੇ ਬਈ ਵੀ ਉਹਨੂੰ ਛੱਡ ਕੇ ਪਿੱਠ ਦਿਖਾਤੀ ਕਹਿੰਦੀ ਉਹ ਸਾਡਾ ਉਥਾ ਉਹ ਚੀਜ਼ ਨਹੀਂ ਹੈ ਬਹੁਤ ਘਟ ਹੈ ਇਹ ਚੀਜ਼ ਤੁਸੀਂ ਆਖਿਰ ਦੇ ਵਿੱਚ ਆਖਰੀ ਬੋਲ ਨੇ ਤੁਹਾਡੇ ਐਨੀ ਦੇ ਲਈ ਮੈਂ ਸੁਣਿਆ ਜੂ ਸਾਡੀ ਇੰਟਰਵਿਊ ਦੇ ਵਿੱਚ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਐਨੀ ਦੇ ਲਈ ਅੱਜ ਇਹਨਾਂ ਦੀ ਭਾਜੀ ਇਹ ਹੈ ਮੈਂ ਉਸੇ ਪੈਸਾ ਨੂੰ ਪਹਿਲਾਂ ਵੀ ਤੁਹਾਨੂੰ ਜਿਹੜਾ ਗਲਤ ਕੀਤੀ ਮੈਂ ਵੀ ਇਹਨਾਂ ਦੀ ਮੰਨ ਲਓ ਜਿਹੜੀ ਮੈਂ ਇਹਨਾਂ ਵੱਤ ਸ਼ਬਦ ਨਹੀਂ ਹੈ ਜਿਹੜੇ ਹਾਲਾਤ ਜਿਹੜਾ ਮੇਰੇ ਜਿਹੜਾ ਹੁਣ ਤੱਕ ਜਿਹੜਾ ਮੇਰੇ ਨਹੀਂ ਸਾਥ ਨਾਲ ਆਇਆ ਤੇ ਚੰਗੇ ਟਾਈਮਸ ਵੀ ਮਾੜੇ ਚ ਵੀ ਤੇ ਬਹੁਤ ਬਈਨਾਂ ਦਾ ਸ਼ੁਕਰੀਆ ਧੰਨਵਾਦ ਮੈਂ ਸਾਰੀ ਉਮਰ ਇਹਨਾਂ ਦਾ ਦੇ ਨਹੀਂ ਦੇ ਸਕਦਾ ਤੇ ਮੇਰੇ ਲਈ ਤਾਂ ਇੱਕ ਇੱਕ ਰੱਬ ਰੂਪ ਹੀ ਆ ਜੀ ਇਹ ਤੇ ਜੋ ਵੀ ਮੈਂ ਆਪਣੇ ਹੁਣ ਤਾਂ ਮੈਂ ਚਲੋ ਕੁਝ ਨਹੀਂ ਕਰ ਸਕਦਾ ਚਲੋ ਰੱਬ ਨਾਲ ਮਿਹਰ ਕੀਤੀ ਕੱਲੂ ਮੈਂ ਪਹਿਲਾਂ ਤੇ ਹੋ ਗਿਆ ਤੇ ਇਹ ਸਾਰੀ ਉਮਰ ਇਹਨਾਂ ਮੱਤੇ ਸਿਰ ਝੁਕਦਾ ਮੇਰਾ ਜੀ ਤਾਂ ਇਹ ਹਰਪਾਲ ਤੇ ਐਨੀ ਦੀ ਲਵ ਸਟੋਰੀ ਹੈ ਦੋਨਾਂ ਦੀ ਲਵ ਸਟੋਰੀ ਬੜੀ ਪਿਆਰੀ ਹੈ ਪਰ ਅੱਜ ਕੁਝ ਕ ਹਾਲਾਤਾਂ ਦੀ ਮਾਰੀ ਐ ਹਾਲਾਤ ਬੇਸ਼ੱਕ ਅੱਜ ਮਾੜੇ ਨੇ ਪਰ ਕਹਿੰਦੇ ਨੇ ਕਿ ਪਿਆਰ ਘਟਣੀ ਐ ਔਰ ਸਭ ਤੋਂ ਵੱਡੀ ਉਦਾਹਰਨ ਮੈਨੂੰ ਲੱਗਦਾ ਹੈ ਕਿ ਸਮਾਜ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਸਾਡੇ ਅੱਜਕੱਲ ਦੇ ਰਿਸ਼ਤਿਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਕਿ ਜੇ ਮਾੜਾ ਸਮਾਂ ਆ ਗਿਆ ਤਾਂ ਨਾਲ ਕਿਵੇਂ ਖੜਨਾ ਹੈ ਕਿਵੇਂ ਸਾਥ ਦੇਣਾ ਹੈ ਬੇਸ਼ੱਕ ਕਹਿੰਦੇ ਆ ਕਿ ਸਹਲਾਤ ਮਾੜੇ ਨੇ ਸਮਾ ਮਾੜਾ ਹੈ ਕਲਯੁਗ ਕਹਿ ਦਦੇ ਆ ਪਰ ਕਲਯੁਗ ਦੇ ਵਿੱਚ ਐਸਾ ਸਤਯੁਗ ਵੀ ਹੈਗਾ ਚੰਗਾ ਪਾਲਾ ਜੇ ਕੋਈ ਥੋੜਾ ਬੋਤਾ ਵੀ ਕਰ ਦੇ ਵਿੱਚ ਕੋਈ ਉੱਚਾ ਨੀਵਾ ਵੀ ਹੋ ਜਾਂਦਾ ਤਾਂ ਅਸੀਂ ਮਿੰਟ ਲਾਉਣੇ ਆ ਕਿ ਬਸ ਸਾਡੀ ਨਹੀਂ ਨਿਬਦੀ ਅਸੀਂ ਭੁੱਲ ਜਾਂਦੇ ਆ ਕਿ ਸਾਡੇ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ ਤੇ ਜੇ ਕਿਸੇ ਤੇ ਹਰਪਾਲ ਵਰਗਾ ਮਾੜਾ ਸਮਾ ਆ ਜੇ ਤੇ ਫਿਰ ਉਹਦੇ ਨਾਲ ਕਿਨੇ ਖੜਨਾ ਮੈਨੂੰ ਲੱਗਦਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਸ਼ਾ ਹੈ ਸੋਚਣ ਦਾ ਕਿ ਸਾਡੇ ਰਿਸ਼ਤੇ ਜਾ ਕੇ ਕਿਦਰ ਨੂੰ ਰਹੇ ਆ ਤਾਂ ਉਹਨਾਂ ਰਿਸ਼ਤਿਆਂ ਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਹਰਪਾਲ ਤੇ ਐਨੀ ਮੈਨੂੰ ਲੱਗਦਾ ਕਿ ਐਨੀ ਦੀ ਇਸ ਐਨੀ ਦੇ ਸਮਝੌਤੇ ਨੂੰ ਲੈ ਕੇ ਸਾਡਾ ਤਾਂ ਸਿਰ ਝੁਕਦਾ ਹੈ ਕਿ ਐਸੀਆਂ ਕੁੜੀਆਂ ਵੀ ਰੱਬ ਨੇ ਬਣਾਈਆਂ ਨੇ ਰੱਬੀ ਰੂਪ ਕਵਾਂਗੇ ਕਿ ਜਿਹੜੀ ਅੱਜ ਆਪਦੇ ਉਸ ਘਰ ਵਾਲੇ ਨੂੰ ਬਗਾਨੀ ਧਰਤੀ ਤੋਂ ਸੰਭਣਾ ਗਈ ਜਿਹੜਾ ਮੰਜੇ ਤੇ ਪਿਆ ਉੱਠਣ ਜੋਗਾ ਨਹੀਂ ਪਾਣੀ ਦਾ ਗਲਾਸ ਚੱਕ ਕੇ ਪੀ ਨਹੀਂ ਸਕਦਾ ਕਦੋਂ ਠੀਕ ਹੋਣਾ ਕੋਈ ਪਤਾ ਨਹੀਂ ਸ਼ਾਇਦ ਜਿਵੇਂ ਅਸੀਂ ਨਾਇਕਾਂ ਕੇਸ ਸੁਣਦੇ ਆ ਕਿ ਕੁੜੀਆਂ ਪੈਸੇ ਲੈ ਕੇ ਬਾਹਰ ਜਾ ਕੇ ਫੋਨ ਵੀ ਨਹੀਂ ਚੱਕਦੀਆਂ ਬੁਲਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਮੁੰਡੇ ਵੀ ਕਈ ਇਦਾਂ ਹੀ ਕਰਦੇ ਆ ਉਹਨਾਂ ਦੇ ਲਈ ਇਹ ਕੁ ਸੁਨੇਹਾ ਕਿ ਜਿੱਥੇ ਰਿਸ਼ਤਾ ਜੁੜ ਗਿਆ ਉਹਨੂੰ ਨਿਭਾਉਣਾ ਸਿੱਖੋ ਤਾਂ ਪ੍ਰਮਾਤਮਾ ਕਰੇ ਤੁਹਾਡੀ ਇਹ ਪ੍ਰੇਮ ਕਹਾਣੀ ਜਲਦੀ ਚੰਗੇ ਪਲ ਹੰਡਾਵੇ ਚੰਗਾ ਸਮਾਂ ਤੁਹਾਡੇ ਤੇ ਆਵੇ ਐਨੀ ਤੇ ਤੁਸੀਂ ਇੱਥੇ ਰहूं ਇੱਥੇ ਵੀ ਖੁਸ਼ ਰहूं ਬਾਹਰ ਰहूं ਉੱਥੇ ਵੀ ਖੁਸ਼ ਰहूं ਅਗਲੀ ਵਾਰੀ ਆਪਾਂ ਮਿਲਗੇ ਹਰਪਾਲ ਆਪਦੇ ਪੈਰਾਂ ਤੇ ਖੜਾ ਹੋਵੇ ਬਹੁਤ ਬਹੁਤ ਸ਼ੁਕਰੀਆ ਤੇ ਐਨੀ ਦੇ ਨਾਲ ਘੁੰਮਦਾ ਫਿਰਦਾ ਨਜ਼ਰ ਆਵੇ ਤੇ ਫਿਰ ਤੁਹਾਡੇ ਬਾਹਰ ਜਾਣ ਦਾ ਸਮਾਂ ਵੀ ਅਸੀਂ ਦੇਖਣ ਜ਼ਰੂਰ ਆਵਾਂਗੇ ਤਾਂ ਅਸੀਂ ਕਰਦੇ ਆਂ ਜੀ ਦੁਆ ਵੀ ਕਰਦੇ ਆਂ ਅਰਦਾਸ ਕਰਦੇ ਆਂ ਹਰਪਾਲ ਤੇ ਐਨੀ ਲਈ ਕਿ ਪ੍ਰਮਾਤਮਾ ਇਹਨਾਂ ਤੇ ਚੰਗਾ ਟਾਈਮ ਲਿਆਵੇ ਜਲਦੀ ਹਰਪਾਲ ਠੀਕ ਹੋਵੇ ਤਾਂ ਇਹ ਅੱਜ ਦੀ ਸਟੋਰੀ ਅੱਜ ਦੀ ਇਹ ਪ੍ਰੇਮ ਕਹਾਣੀ ਦਿਲ ਨੂੰ ਮੇਰੇ ਤਾਂ ਸ਼ੂ ਕੀ ਸੀ ਔਰ ਇਸੇ ਕਰਕੇ ਮੈਂ ਅੱਜ ਹਰਪਾਲ ਨੂੰ ਖਾਸ ਕਰਕੇ ਔਰ ਐਨੀ ਨੂੰ ਮਿਲਣਾ ਚਾਹੁੰਦਾ ਸੀ ਮਿਲਣ ਆਇਆ ਤੇ ਇਹਨਾਂ ਦੀ ਜਿਹੜੀ ਇਹ ਪ੍ਰੇਮ ਕਹਾਣੀ ਤੇ ਇੱਕ ਵੱਡਾ ਸੁਨੇਹਾ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਦੁਆ ਕਰਿਓ ਅਰਦਾਸ ਕਰਿਓ ਹਰਪਾਲ ਤੇ ਐਨੀ ਲਈ ਕਿਉਂਕਿ ਬਿਮਾਰ ਬੇਸ਼ੱਕ ਹਰਪਾਲ ਹੈ ਪਰ ਚੱਲ ਐਨੀ ਵੀ ਰਹੀ ਹੈ ਅਰਦਾਸ ਕਰਿਓ ਕਿ ਇਹ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਦੋਵੇਂ ਖੁਸ਼ੀ-ਖੁਸ਼ੀ ਆਪਦੀ ਜ਼ਿੰਦਗੀ ਬਤੀਤ ਕਰਨ ਇਹ ਹੀ ਆਸ ਇਹ ਹੀ ਅਰਦਾਸ ਹੈ ਕੈਮਰਾਮੈਨ ਸਨੁਪਰੀਤ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ